ਇੱਕ ਵਾਰੀ ਪਹਿਲਾਂ ਵੀ ਮੰਗ ਉੱਠੀ ਸੀ 2022 ਦੀਆਂ ਚੋਣਾਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨਗੀ ਤੋਂ ਅਸਤੀਫੇ ਦੀ। ਅਕਾਲ ਤਖ਼ਤ ਜਾਣ ਦੀ ਵੀ ਗੱਲ ਕਰਦੇ ਰਹੇ, ਛੱਡਣ ਦੀ ਵੀ ਗੱਲ ਕਰਦੇ ਰਹੇ, ਪਰ ਉਹ ਕਹਿਣ ਲੱਗੇ ਵੀ ਨਹੀਂ, ਮੈਂ ਹੁਣ ਤੁਹਾਡੇ ਕਹਿ ਤੇ ਕਿਵੇਂ ਛੱਡਦਾ, ਮੈਂ ਨਹੀਂ ਛੱਡਦਾ ਹਾਂ, ਤੁਸੀਂ ਕਰ ਲਓ। ਲੋਕ ਸਾਨੂੰ ਇੱਕੋ ਗੱਲ ਕਹਿੰਦੇ ਨੇ ਕਿ ਜੀ ਤੁਹਾਨੂੰ ਆਪਣੇ ਆਪ ਨਹੀਂ ਪਤਾ ਹੈ ਕਿ ਜਦੋਂ ਦੀ ਸਰਸਿਆਈ ਗੱਲ ਹੋਈ ਹੈ ਜਾਂ ਬੇਅਦਬੀ ਆਈ ਗੱਲ ਹੋਈ ਹੈ ਉਦੋਂ ਤੋਂ ਤੁਸੀਂ ਥੱਲੇ ਆ ਰਹੇ। ਸੋ ਅਸੀਂ ਪ੍ਰਧਾਨ ਸਾਹਿਬ ਨੂੰ ਇਹ ਗੱਲ ਕਈ ਵਾਰੀ ਕਹਿ ਵੀ ਲਈਏ ਕਿ ਆਪਾਂ ਨੂੰ ਜਾ ਕੇ ਉੱਥੇ ਪ੍ਰੋਪਰ ਚੈਨਲ ਨੂੰ ਆਪਾਂ ਮਾਫ਼ੀ ਮੰਗ ਲਈਏ, ਉੱਥੇ ਜਿੰਨਾ ਨੱਕ ਰਗੜਾਂਗੇ ਉਨੀ ਆਪਣੀ ਗੱਲ ਪੱਟੀ। ਅਕਾਲ ਤਖ਼ਤ ਸਾਹਿਬ ਤਾਂ ਪਹਿਲਾਂ ਵੀ ਅਕਾਲੀ ਦਲ ਜਾ ਕੇ ਆਇਆ ਜੀ, ਉਸ ਘਰ ਦੇ ਵਿੱਚ ਜਾ ਕੇ ਉਸ ਜਗ੍ਹਾ ਦੇ ਉੱਤੇ ਜਾ ਕੇ ਪਰਮਾਤਮਾ ਅੱਗੇ ਨਤਮਸਤਕ ਹੋਣਾ ਮੇਰਾ ਖਿਆਲ ਹੈ ਕੋਈ ਮਾੜੀ ਗੱਲ ਨਹੀਂ ਗੀ, ਹਰ ਬੰਦੇ ਦੇ ਮਨ ਦੇ ਵਿੱਚ ਗੱਲ ਹੈ। ਇਹ 15 ਸਾਲ ਦੀ ਗੱਲ ਹੈ, ਉਹ ਤੋਂ ਬਾਅਦ ਹਰ ਇਲੈਕਸ਼ਨ ਦੇ ਵਿੱਚ ਹੀ ਥੱਲੇ ਜਾ। ਸੁਖਬੀਰ ਸਿੰਘ ਬਾਦਲ ਦੇ ਧੜੇ ਦੇ ਆਗੂ ਨੇ ਉਹ ਇਹੀ ਦੋਸ਼ ਲਾਉਂਦੇ ਨੇ ਕਿ ਬੀਜੇਪੀ ਸਪੋਰਟ ਕਰ ਰਹੀ ਹੈ ਜਾਂ ਬੀਜੇਪੀ ਦੇ ਇਸ਼ਾਰਿਆਂ 'ਤੇ ਇਹਨਾਂ ਆਗੂਆਂ ਨੇ ਵਿਰੋਧਤਾ ਕੀਤੀ ਹੈ, ਪੰਥ ਵਿਰੋਧੀ ਨੇ ਸਾਰੇ। ਜਿੰਨਾ ਲਗਾਓ ਸਾਹ ਸੁਖਬੀਰ ਸਿੰਘ ਬਾਦਲ ਦਾ ਰਿਹਾ ਹੈ ਬੀਜੇਪੀ ਦੇ ਨਾਲ, ਸਾਹ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਅਨਕੰਡੀਸ਼ਨਲ ਸਪੋਰਟ ਦਿੱਤੀ ਸੀ ਬੀਜੇਪੀ ਨੂੰ। ਅਖੇ ਪਹਿਲਾਂ ਵੀ ਜਦੋਂ ਮਾਨ ਸਾਹਿਬ ਨੇ ਇਲੈਕਸ਼ਨ ਲੜੀ ਉਦੋਂ ਹੀ ਪਾਰਟੀ 'ਚ ਮਤਲਬ ਹੋ ਗਈ ਸੀ, ਪਰ ਉਦੋਂ ਜਿਹੜੀ ਸਾਡੀ ਵੋਟ ਸੀ ਉਹ ਪੰਥ ਦੀ ਵੋਟ, ਪੰਥਕ ਵੋਟ ਪੰਥ ਨੂੰ ਚਲੀ ਗਈ ਸੀ। ਡੇਰਾ ਸਰਸਾ ਦੇ ਮੁਖੀ ਨੂੰ ਮਾਫ਼ੀ ਦਿੱਤੀ ਗਈ ਆ, ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨਾਲ ਜਾਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨਾਲ ਸਲਾਹ ਨਹੀਂ ਕੀਤੀ ਗਈ। ਦੇਖੋ ਮੈਨੂੰ ਤਾਂ ਇਹ ਪਤਾ ਵੀ ਅਸੀਂ ਅਖਬਾਰ 'ਚ ਪੜ੍ਹਿਆ, ਜਿੱਦਾਂ ਅਖਬਾਰ 'ਚ ਪੜ੍ਹਿਆ ਮੇਰਾ ਮੈਂਬਰ ਸੀ ਸਾਹ ਕੁਲਦੀਪ ਸਿੰਘ ਨਸੂਵਾਲ, ਮਤਲਬ ਉਹ ਕਹਿੰਦਾ ਪੱਠਾ ਬੈਠ ਗਿਆ ਆਪਣਾ। ਜੇ ਪੰਥ ਦੀ ਗੱਲ ਕਰਦੇ ਹਾਂ, ਪੰਥ ਗੱਲ ਕਰਦੇ ਹਾਂ, ਦੂਜੇ ਧਰਮਾਂ ਦਾ ਸਾਰਿਆਂ ਦਾ ਸਤਿਕਾਰ ਕਰੋ, ਵੱਡੇ ਬਾਦ ਸਾਹਿਬ ਕਰਦੇ ਰਹੇ ਨੇ। ਤੁਹਾਡਾ ਮੁੜ ਤੋਂ ਰਲੇਵਾਂ ਹੁੰਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਤੁਹਾਡੀ ਸਾਰੀ ਜਿੰਨੇ ਵੀ ਧੜੇ ਦੇ ਲੀਡਰ ਨੇ, ਉਹਦੇ 'ਚ ਅਹਿਮ ਸ਼ਰਤਾਂ ਕੀ ਨੇ? ਕੋਈ ਸ਼ਰਤ ਨਹੀਂ ਹੁੰਦੀ, ਜਦੋਂ ਵੀ ਕੋਈ ਰਲੇਵਾਂ ਹੋਵੇ ਦੋ ਭਰਾ ਵਿਗੜ ਜਾਂਦੇ ਨੇ, ਇਕੱਠੇ ਹੁੰਦੇ ਨੇ, ਸ਼ਰਤਾਂ ਨਾਲ ਨਹੀਂ ਕਦੇ ਫੈਲਦਾ। ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਹਾਸ਼ੀਏ 'ਤੇ ਚਲਾ ਗਿਆ। ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ 18% ਵੋਟ ਸੀ ਪੰਜਾਬ ਦੇ ਵਿੱਚ, ਜਿਹੜੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ 18% ਵੋਟ ਹੈ ਜਿਹੜੀ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਈ ਸੀ, ਉਹ ਘੱਟ ਕੇ 12% ਰਹਿ ਗਈ ਹੈ। ਔਰ ਹੁਣ ਜਿਹੜਾ ਅਕਾਲੀ ਦਲ ਦਾ ਕ੍ਰਾਈਸਿਸ ਹੈ ਉਹ ਇਸ ਕਰਕੇ ਹੈ ਕਿ ਅਕਾਲੀ ਦਲ ਦੇ ਵਿੱਚ ਇੱਕ ਧੜੇ ਨੇ ਬਗਾਵਤ ਕਰ ਦਿੱਤੀ ਹੈ। ਸੋ ਉਸ ਧੜੇ ਵਿੱਚ ਕਾਫ਼ੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਜਿਹੜੇ ਗਏ ਨੇ, ਉਹਨਾਂ ਦੇ ਵਿੱਚੋਂ ਇੱਕ ਸਾਡੇ ਨਾਲ ਮੌਜੂਦ ਨੇ ਇਸ ਵੇਲੇ, ਸਾਬਕਾ ਕੈਬਨਿਟ ਮੰਤਰੀ ਸਰਦਾਰ ਸੁਰਜੀਤ ਸਿੰਘ ਰੱਖੜਾ। ਰੱਖੜਾ ਸਾਹਿਬ ਤੁਹਾਡਾ ਸਵਾਗਤ। ਬਹੁਤ ਧੰਨਵਾਦ ਜੀ, ਥੈਂਕ ਯੂ ਜੀ। ਵੱਖਰਾ ਜਿਹੜਾ ਧੜਾ, ਜਿਹੜੀ ਪ੍ਰੈਸ ਕਾਨਫਰੰਸ ਹੋਈ ਹੈ ਜਲੰਧਰ 'ਚ ਅਕਾਲੀ ਦਲ ਤੋਂ ਵੱਖਰੇ ਹੋ ਕੇ ਚੱਲਣ ਦੀ, ਇਹਦੀ ਲੋੜ ਕਿਉਂ ਮਹਿਸੂਸ ਹੋਈ? ਦੇਖੋ ਤਜਿੰਦਰ ਜੀ, ਗੱਲ ਇਹ ਹੈ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਹੈ, ਅਸੀਂ ਸਾਰਿਆਂ ਨੇ ਇਮਾਨਦਾਰੀ ਨਾਲ ਇਲੈਕਸ਼ਨ ਲੜੀ ਹੈ, ਕੋਈ ਬੰਦਾ ਵੀ ਇਹ ਨਹੀਂ ਕਹਿ ਸਕਦਾ ਕਿ ਮੇਰੇ ਨਾਲ ਉਹ ਕੀਤਾ ਹੈ।
ਹਰ ਬੰਦੇ ਨੇ ਸਾਰੇ ਪੰਜਾਬ ਦੇ ਵਿੱਚ ਪੂਰਾ ਅਸੀਂ ਜ਼ੋਰ ਲਾਇਆ, ਪਰ ਜ਼ੋਰ ਲਾਉਣ ਦੇ ਬਾਵਜੂਦ ਵੀ ਸਾਡੀ ਜਿਹੜੀ ਵੋਟ ਪ੍ਰਸੈਂਟੇਜ ਉਹ ਘੱਟ ਗਈ। ਅਸੀਂ ਐਨਾਲਿਸਿਸ ਕੀਤਾ ਵੀ ਕਾਰਨ ਕੀ ਹੈ, ਅਤੇ ਲੋਕ ਸਾਨੂੰ ਇੱਕੋ ਗੱਲ ਕਹਿੰਦੇ ਨੇ ਕਿ ਜੀ ਤੁਹਾਨੂੰ ਆਪਣੇ ਆਪ ਨਹੀਂ ਪਤਾ ਹੈ ਕਿ ਜਦੋਂ ਦੀ ਸਰਸਿਆਈ ਗੱਲ ਹੋਈ ਹੈ ਜਾਂ ਬੇਅਦਬੀ ਆਈ ਗੱਲ ਹੋਈ ਹੈ ਉਦੋਂ ਤੋਂ ਤੁਸੀਂ ਥੱਲੇ ਆ ਰਹੇ ਹੋ। ਇਹ 15 ਸਾਲ ਦੀ ਗੱਲ ਹੈ, ਉਹ ਤੋਂ ਬਾਅਦ ਹਰ ਇਲੈਕਸ਼ਨ ਦੇ ਵਿੱਚ ਹੀ ਥੱਲੇ ਜਾ ਰਹੇ ਕਿ ਤੁਹਾਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾਣ ਦੀ ਕੀ ਦਿੱਕਤ ਵਾਲੀ ਗੱਲ ਹੈ, ਤੁਸੀਂ ਕਿਉਂ ਨਹੀਂ ਪ੍ਰੋਪਰ ਚੈਨਲ ਨਾਲ ਉੱਥੇ ਜਾਂਦੇ, ਤੁਹਾਡੀ ਕੀ ਗੱਲ ਘਟਦੀ ਹੈ। ਉਸ ਘਰ ਦੇ ਵਿੱਚ ਜਾ ਕੇ ਉਹ ਜਗ੍ਹਾ ਦੇ ਉੱਤੇ ਜਾ ਕੇ ਪਰਮਾਤਮਾ ਅੱਗੇ ਨਕਮਸਤ ਹੋਣਾ ਮੇਰਾ ਖਿਆਲ ਹੈ ਕੋਈ ਮਾੜੀ ਗੱਲ ਨਹੀਂ ਗੀ, ਹਰ ਬੰਦੇ ਦੇ ਮਨ ਦੇ ਵਿੱਚ ਗੱਲ ਹੈ। ਸੋ ਅਸੀਂ ਪ੍ਰਧਾਨ ਸਾਹਿਬ ਨੂੰ ਇਹ ਗੱਲ ਕਈ ਵਾਰੀ ਕਹਿ ਵੀ ਲਈ ਹੈ ਕਿ ਆਪਾਂ ਨੂੰ ਜਾ ਕੇ ਉੱਥੇ ਪ੍ਰੋਪਰ ਚੈਨਲ ਨਾਲ ਆਪਾਂ ਮਾਫ਼ੀ ਮੰਗ ਲਈਏ, ਉੱਥੇ ਜਿੰਨਾ ਨੱਕ ਰਗੜਾਂਗੇ ਉਨੀ ਆਪਣੀ ਗੱਲ ਵੱਡੀ ਹੋ। ਪਰ ਅਕਾਲ ਤਖ਼ਤ ਸਾਹਿਬ ਤਾਂ ਪਹਿਲਾਂ ਵੀ ਅਕਾਲੀ ਦਲ ਜਾ ਕੇ ਆਇਆ ਜੀ। ਦੇਖੋ ਜਿਹੜੀ ਲੋਕਾਂ ਦੀ ਗੱਲ ਹੈ ਕਿ ਤੁਸੀਂ ਬੰਦਿਆਂ ਵਾਂਗੂ ਨਹੀਂ ਗਏ, ਤੁਸੀਂ ਉੱਥੇ ਤਾਂ ਆਪਣੇ ਆਪ ਹੀ ਗਏ, ਆਪਣੇ ਆਪ ਹੀ ਉਹ ਕਰਿਆ। ਜੋ ਪ੍ਰੋਪਰ ਚੈਨਲ ਹੈ ਉਹਦੇ ਥਰੂ ਵਾਸਤੇ ਉੱਥੇ ਜਾਣ ਦਾ ਸਾਨੂੰ ਕੀ ਦਿੱਕਤ ਵਾਲੀ ਗੱਲ ਹੈ? ਮੈਂ ਕਹਿੰਦਾ ਉੱਥੇ ਵੀ ਜਾਂਦੇ ਹਾਂ ਅਸੀਂ, ਕੀ ਦਿੱਕਤ ਸੀ ਸਾਨੂੰ? ਅਸੀਂ ਕੋਸ਼ਿਸ਼ ਕੀਤੀ ਇਹ ਗੱਲ ਕਰਨ ਦੀ ਪਰ ਸਾਡੀ ਗੱਲ ਨਹੀਂ ਬਣੀ। ਲੋਕ ਸਾਨੂੰ ਪਿੱਛੇ ਕਰਦੇ ਰਹੇ, ਹਰ ਇਲੈਕਸ਼ਨ ਦੇ ਵਿੱਚ ਪਿੱਛੇ ਕਰਦੇ ਰਹੇ। 17 ਦੀ ਇਲੈਕਸ਼ਨ ਦੇਖੋ, 17 ਤੋਂ ਬਾਅਦ 19 'ਚ ਘੱਟ ਗਈ ਸਾਡੀ ਗੱਲ, 19 ਤੋਂ ਬਾਅਦ 22 'ਚ ਘੱਟ ਗਈ, 22 ਤੋਂ ਬਾਅਦ ਆ ਦੇਖੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਪਾਰਟੀ ਦੀ ਜਵੰਤ ਜ਼ਬਤ ਹੋ ਗਈ। ਅਖੇ ਪਹਿਲਾਂ ਵੀ ਜਦੋਂ ਮਾਨ ਸਾਹਿਬ ਨੇ ਇਲੈਕਸ਼ਨ ਲੜੀ ਉਦੋਂ ਹੀ ਪਾਰਟੀ ਜਵੰਤ ਜ਼ਬਤ ਹੋ ਗਈ ਸੀ, ਪਰ ਉਦੋਂ ਜਿਹੜੀ ਸਾਡੀ ਵੋਟ ਸੀ ਉਹ ਪੰਥ ਦੀ ਵੋਟ, ਪੰਥਕ ਵੋਟ ਪੰਥ ਨੂੰ ਚਲੀ ਗਈ ਸੀ। ਅੱਜ ਪੰਥ ਨੂੰ ਨਹੀਂ ਗਈ, ਅੱਜ ਦੂਜੀਆਂ ਪਾਰਟੀਆਂ ਚਲੀ ਗਈ। ਇਹ ਸੋਚਣ ਵਾਲੀ ਗੱਲ ਹੈ ਵੀ ਜੇ ਪੰਥ ਦੀ ਪੰਥ ਵੱਗ ਜਾਂਦੀ ਫਿਰ ਕੋਈ ਗੱਲ ਨਹੀਂ ਸੀ, ਉਹ ਅਖੀਰ ਵੋਟ ਮੁੜ ਕੇ ਆ ਜਾਂਦੀ, ਪਹਿਲਾਂ ਵੀ ਮੁੜ ਕੇ ਆਈ ਹੈ। ਸੋ ਇਹ ਗੱਲ ਸੋਚਣ ਵਾਲੀ ਸੀ ਕਿ ਸਾਰਿਆਂ ਨੇ ਸੋਚ ਕੇ ਲੋਕ ਅਲਾਂਭੇ ਦਿੰਦੇ ਸੀ ਇਸ ਗੱਲ ਦਾ ਕਿ ਤੁਹਾਨੂੰ ਦੱਸੋ ਕੀ ਗੱਲ ਹੈ। ਜਿੱਥੇ ਕਿ ਮੈਨੂੰ ਪਰਸਨਲੀ ਮੈਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਸੀ, ਪਰ ਸਭ ਤੋਂ ਵੱਡੀ ਗੱਲ ਕਿ ਜੇ ਲੋਕ ਹੀ ਸਾਨੂੰ ਚਾਹੁੰਦੇ ਫਿਰ ਜੇ ਲੋਕਾਂ ਨੇ ਜਾਣਾ ਵੀ ਕਿਉਂ ਹੈ, ਲੋਕਾਂ ਦੇ ਵਿੱਚ ਕਿਉਂ ਉਹ ਕਰਨਾ? ਕੋਈ ਤੁਸੀਂ ਇਲੈਕਸ਼ਨ ਕੋਈ ਤੁਸੀਂ ਹਾਰਨ ਖਾਤਰ ਨਹੀਂ ਲੜਦੇ, ਤੁਸੀਂ ਜਿੱਤ ਖਾਤਰ ਲੜਨੀ ਚਾਹੀਦੀ ਹੈ। ਜਿੱਤ ਹੋਣੀ ਹਾਰ ਹੋਣੀ ਵੱਖਰੀ ਗੱਲ ਹੈ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਜੇ ਇਲੈਕਸ਼ਨ ਜਿੱਤ ਜਾਂ ਮੈਨੂੰ ਤਾਂ ਵੀ ਫਰਕ ਨਹੀਂ ਪੈਂਦਾ, ਜੇ ਮੈਂ ਇਲੈਕਸ਼ਨ ਹਾਰ ਜਾਂ ਮੈਨੂੰ ਤਾਂ ਨਹੀਂ ਫਰਕ ਪੈਂਦਾ। ਪਰ ਗੁਰੂ ਅੱਗੇ ਸਿਰ ਝੁਕਾਉਣਾ, ਗੁਰੂ ਦੇ ਅੱਗੇ ਨਤਮਸਤਕ ਹੋਣਾ, ਮੈਂ ਸਮਝਦਾ, ਮੈਂ ਮੇਰੀ ਆਪਣੀ ਰਾਏ ਹੈ ਕਿ ਇਦੋਂ ਵੱਡੀ ਗੱਲ ਸਾਡੇ ਲਈ ਕੋਈ ਨਹੀਂ ਹੋ ਸਕਦੀ। ਯਾਨੀ ਕਿ ਜੋ ਗਲਤੀਆਂ ਹੋਈਆਂ ਨੇ ਜਿਹਦਾ ਪੰਜਾਬ ਦੇ ਲੋਕ ਲਾਂਭਾ ਦਿੰਦੇ ਆ, ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਬੇਅਦਬੀਆਂ ਵਾਲਾ ਮਾਮਲਾ ਹੋਵੇ, ਭਾਵੇਂ ਡੇਰਾ ਸਰਸਾ ਦੇ ਮੁਖੀ ਨੂੰ ਮਾਫ਼ੀ ਦੇਣ ਵਾਲਾ ਹੋਵੇ, ਵੀ ਉਹਦੀ ਖੁੱਲ੍ਹੇਆਮ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਕਹਿ ਕੇ ਇਹ ਮਾਫ਼ੀ ਮੰਗਣੀ ਹੈ, ਸਾਡੇ ਤੋਂ ਆਹ ਗਲਤੀਆਂ ਹੋਈਆਂ ਉਹਦੀ ਮਾਫ਼ੀ ਚਾਹੀਦੀ ਹੈ। ਦੇਖੋ ਗੱਲ ਇਹ ਹੈ ਕਿ ਹਾਲਾਂਕਿ ਸਾਡੀ ਕੋਈ ਇਨਵੋਲਵਮੈਂਟ ਨਹੀਂ ਸੀ, ਸਾਨੂੰ ਪਤਾ ਵੀ ਨਹੀਂ ਸੀ, ਸਾਨੂੰ ਤਾਂ ਸਿੱਧਾ ਅਖਬਾਰਾਂ ਦੇ ਉੱਤੇ ਪੜਿਆ ਹੈ ਸਾਰਾ ਕੁਝ। ਪਰ ਉਸ ਟਾਈਮ ਦੇ ਵਿੱਚ ਵੀ ਮੈਂ ਕਹਿੰਦਾ ਸਾਡਾ ਚੁੱਪ ਰਹਿਣਾ ਵੀ ਸਾਡੀ ਗਲਤੀ ਸੀ, ਵੀ ਚੁੱਪ ਰਹੇ, ਨਹੀਂ ਬੋਲੇ। ਅਸੀਂ ਵਿਦ ਇਨ ਪਾਰਟੀ ਗੱਲ ਕਰਦੇ ਰਹੇ ਕਿ ਵੀ ਆਪਾਂ ਅਕਾਲ ਤਖ਼ਤ 'ਤੇ ਜਾਈਏ, ਆਪਾਂ ਤੋਂ ਗਲਤੀਆਂ ਹੋ ਗਈਆਂ, ਮਾਫ਼ੀ ਮੰਗ ਲਈਏ। ਫਿਰ ਉਹਦੇ ਕਰਕੇ ਮਤਲਬ ਇਹ ਲੋਕਾਂ ਦਾ ਗੁੱਸਾ ਸੀਗਾ, ਅਤੇ ਪੰਥਕ ਵੋਟ ਨਾਲ ਅਸੀਂ ਜਿੰਨਾ ਚਿਰ ਨਹੀਂ ਸਾਡੇ ਕੋਲ ਆਉਂਦੀ ਉਨ੍ਹਾਂ ਚਿਰ ਅਸੀਂ ਅੱਗੇ ਨਹੀਂ ਵੱਧ ਸਕਦੇ। ਸਭ ਤੋਂ ਵੱਡੀ ਗੱਲ ਤੁਹਾਡਾ ਧਰਮ, ਤੁਹਾਡੀ ਰਿਸਪੋਂਸੀਬਿਲਟੀ ਹੁੰਦੀ ਹੈ। ਕੱਲਾ ਇਹ ਹੀ ਨਹੀਂ ਕਿ ਇਲੈਕਸ਼ਨ ਬਣਾ ਲੜ ਲਈ, ਇਲੈਕਸ਼ਨ ਜਿੱਤ ਕੇ ਸਰਕਾਰ ਵਾਲੀ, ਇੱਥੇ ਤੱਕ ਹੀ ਗੱਲ ਨਹੀਂ ਹੁੰਦੀ, ਤੁਹਾਡੀ ਰਿਸਪੋਂਸੀਬਿਲਟੀ ਵੀ ਉਨੀਆਂ ਹੁੰਦੀਆਂ ਨੇ। ਲਗਾਤਾਰ 5 ਚੋਣਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਹਾਰ ਗਿਆ, ਉਹਦੇ ਬਾਵਜੂਦ ਇੱਕ ਵਾਰੀ ਪਹਿਲਾਂ ਵੀ ਮੰਗ ਉੱਠੀ ਸੀ 2022 ਦੀਆਂ ਚੋਣਾਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨਗੀ ਤੋਂ ਅਸਤੀਫੇ ਦੀ। ਹੁਣ ਵੀ ਜਿਹੜਾ ਮੁੱਖ ਮੁੱਦਾ ਹੈ ਤੁਹਾਡਾ, ਜਿਹੜਾ ਵੱਖਰਾ ਤੁਹਾਡਾ ਹੋਇਆ, ਉਹ ਇਹ ਵੀ ਮੁੱਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ? ਦੇਖੋ ਇਹ ਮੋਰਲ ਡਿਊਟੀ ਹੁੰਦੀ ਹੈ ਕਿ ਜੇ ਮੈਂ ਕੋਈ ਕੰਮ ਕਰ ਰਿਹਾ ਮੈਂ ਉਹਦੀ ਕਾਮਯਾਬ ਨਹੀਂ ਹੋਇਆ,
ਤਾਂ ਇਹ ਹੈ ਵੀ ਕਿਸੇ ਹੋਰ ਨੂੰ ਓਪਰਚੁਨਿਟੀ ਦੇ ਦਿਓ ਵੀ ਚਲੋ ਜੀ ਮੇਤੋਂ ਤਾਂ ਸਿਰ ਨਹੀਂ ਲੱਗੀ ਹੈ ਅਤੇ ਹੁਣ ਹੋਰ ਦੇਖ ਲਓ ਜੇ ਅੱਗੇ ਲਿਆ ਸਕਦਾ ਹੈ ਤਾਂ ਅਸੀਂ ਤਾਂ ਇਹ ਬੇਨਤੀ ਕੀਤੀ ਸੀ ਵੀ ਟੈਂਪਰੇਰੀ ਛੱਡ ਦਿਓ ਤੁਸੀਂ 2-4-6 ਮਿੰਟ ਤੱਕ ਜਦੋਂ ਸੰਗਰੂਰ ਦੀ ਬਾਈ ਇਲੈਕਸ਼ਨ ਹੋਈ ਉਦੋਂ ਅਸੀਂ ਸਾਰੇ ਬੰਦੇ ਗਏ ਸੀ ਜਿੰਨੇ ਵੀ ਤੱਕ ਸਾਡੀ ਕੋਰ ਕਮੇਟੀ ਆਏ ਬੰਦੇ ਸਾਰੇ ਸੀਗੇ ਅਤੇ ਸਾਰਿਆਂ ਨੇ ਕਿਹਾ ਵੀ ਪ੍ਰਧਾਨ ਸਾਹਿਬ ਦੀ ਟੈਂਪਰੇਰੀ ਛੱਡ ਦਿਓ ਸੰਗਰੂਰ ਦੀ ਇਲੈਕਸ਼ਨ ਆਪਾਂ ਬੁਰੀ ਤਰ੍ਹਾਂ ਹਾਰਾਂਗੇ ਅਤੇ ਉਦੋਂ ਬਾਅਦ ਜੇ ਕਹੋਗੇ ਥੋੜ੍ਹੀ ਮਗਰ ਹਾਰ ਪਿੱਛੇ ਫਿਰ ਪਾ ਦਾਂਗੇ ਉਹ ਕਹਿੰਦੇ ਵੀ ਨਹੀਂ ਜੇ ਮੈਂ ਜਾਊਂਗਾ ਮੈਂ ਪੱਕਾ ਹੀ ਜਾਊਂਗਾ ਮੈਂ ਫਿਰ ਮੁੜ ਕੇ ਆਉਣਾ ਹੀ ਨਹੀਂ ਮਤਲਬ ਪਾਰਟੀ ਵਾਲੀ ਗੱਲ ਘੱਟ ਸੀ ਵੀ ਆਪਣੀ ਪਰਸਨਲੀ ਗੱਲ ਜ਼ਿਆਦਾ ਸੀਗੀ ਸੋ ਉਹਦੇ ਕਰਕੇ ਉਦੋਂ ਵੀ ਅਸੀਂ ਅੰਦਰੋਂ ਕਦੀ ਕੋਸ਼ਿਸ਼ ਕਰਦੇ ਰਹੇ ਅਕਾਲ ਤਖ਼ਤ ਜਾਣ ਦੀ ਵੀ ਗੱਲ ਕਰਦੇ ਰਹੇ ਛੱਡਣ ਦੀ ਵੀ ਗੱਲ ਕਰਦੇ ਰਹੇ ਪਰ ਉਹ ਕਹਿਣ ਲੱਗੇ ਵੀ ਨਹੀਂ ਮੈਂ ਹੁਣ ਤੁਹਾਡੇ ਕਿਸੇ 'ਤੇ ਕਿਵੇਂ ਛੱਡਦਾ ਮੈਂ ਨਹੀਂ ਛੱਡਦਾ ਹਾਂ ਤੁਸੀਂ ਕਰ ਲਓ ਹੁਣ ਇਸ ਚੀਜ਼ ਦਾ ਕੋਈ ਲਾਹਾ ਜੀ ਨਹੀਂ ਹੈ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਕਿਸੇ ਕੀਮਤ 'ਤੇ ਛੱਡਣਾ ਨਹੀਂ ਚਾਹੁੰਦੇ ਅਤੇ ਇਹ ਤਾਂ ਹੁਣ ਤੁਸੀਂ ਸਾਰੀ ਦੇਖਦੇ ਹਾਲਤ ਬੱਚੇ ਬੱਚੇ ਦੇ ਮੂੰਹ 'ਤੇ ਹੈ ਜੀ ਅਤੇ ਉਹਨਾਂ ਨੇ ਇਹ ਵੀ ਜਿਹੜਾ ਜਿੱਦਣ ਤੁਸੀਂ ਉੱਥੇ ਮੀਟਿੰਗ ਕੀਤੀ ਹੈ ਜਲੰਧਰ ਦੇ ਵਿੱਚ ਉੱਦਣ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਪ੍ਰੈਸ ਨੋਟ ਵੀ ਜਾਰੀ ਕੀਤਾ ਜਾਂ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਧੜੇ ਦੇ ਆਗੂ ਨੇ ਉਹ ਇਹ ਦੋਸ਼ ਲਾਉਂਦੇ ਨੇ ਕਿ BJP ਸਪੋਰਟ ਕਰ ਰਹੀ ਹੈ ਜਾਂ BJP ਦੇ ਇਸ਼ਾਰਿਆਂ 'ਤੇ ਇਹਨਾਂ ਆਗੂਆਂ ਨੇ ਵਿਰੋਧਤਾ ਕੀਤੀ ਹੈ ਪੰਥ ਵਿਰੋਧੀ ਨੇ ਸਾਰੇ ਪਹਿਲੀ ਮੀਟਿੰਗ ਸੀ ਸਾਡੀ ਉਹਦੇ ਕਿ ਇੱਕ ਦਿਨ ਨਾਲ ਹੀ ਅਸੀਂ BJP ਨਾਲ ਰਲ ਗਏ ਜਿੱਦੇ ਤੱਕ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੀ ਸਤਿ ਸੁਖਬੀਰ ਸਿੰਘ ਬਾਦਲ ਦੇ ਨਾਲ ਸੀਗੇ ਉਨ੍ਹਾਂ ਚਿਰ ਤਾਂ ਅਸੀਂ ਕੱਟੜ ਅਕਾਲੀ ਸੀਗੇ ਉੱਥੇ ਮੀਟਿੰਗ ਹੋ ਗਈ ਤਾਂ ਸਾਨੂੰ ਸਪੋਰਟ ਜਿੰਨਾ ਲਗਾਓ ਸਤਿ ਸੁਖਬੀਰ ਸਿੰਘ ਬਾਦਲ ਦਾ ਰਿਹਾ ਹੈ BJP ਦੇ ਨਾਲ ਸਾਹ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਅਨਕੰਡੀਸ਼ਨਲ ਸਪੋਰਟ ਦਿੱਤੀ ਸੀ BJP ਨੂੰ ਮੈਂ ਨਹੀਂ ਕਹਿੰਦਾ ਗਲਤ ਸੀ ਜਾਂ ਠੀਕ ਸੀ ਪਰ ਇਹ ਗੱਲਾਂ ਆਪਣੀ ਕੀ ਹੁੰਦਾ ਹੈ ਮੈਂ ਉਹਨਾਂ ਗੱਲਾਂ ਜਾਣਨਾ ਚਾਹੁੰਦਾ ਨਹੀਂ ਕਿ ਜੇ ਬੰਦਾ ਮੇਰੇ ਨਾਲ ਹੈ ਤਾਂ ਬਹੁਤ ਠੀਕ ਹੈ ਸਾਰੀਆਂ ਪਾਰਟੀਆਂ ਦੀ ਇਹੀ ਹਾਲ ਹੈ ਜੇ ਮੈਨੂੰ ਛੱਡ ਕੇ ਵਗ ਗਿਆ ਤਾਂ ਇਹ ਚੋਰ ਵੀ ਹੈ ਇਹ ਠੱਗ ਵੀ ਹੈ ਇਹ BJP ਨਾਲ ਵੀ ਰੁੜਿਆ ਹੋਇਆ ਇਹ ਕਾਂਗਰਸ ਨਾਲ ਵੀ ਰੁੜਿਆ ਫਿਰ ਆਪਾਂ ਇਹ ਗੱਲ ਕਰ ਲੈਂਦੇ ਹਾਂ ਇਹ ਗੱਲਾਂ ਨਹੀਂ ਚਾਹੀਦੀਆਂ ਸਾਨੂੰ ਜੈਨੂਨ ਜੇ ਅਸੀਂ ਜੈਨੂਨ ਗੱਲ ਕਰਾਂਗੇ ਨਾ ਫਿਰ ਲੋਕ ਵੀ ਤੁਹਾਡੀ ਗੱਲ 'ਤੇ ਵਿਸ਼ਵਾਸ ਕਰਨਗੇ ਜਦੋਂ ਆਪਾਂ ਹਰ ਗੱਲ ਦੇ ਵਿੱਚ ਹੀ ਕਿ ਜੇ ਮੇਰੇ ਨਾਲ ਆਇਆ ਤਾਂ ਬਹੁਤ ਵਧੀਆ ਹੈ ਦੁੱਧਾ ਧੋਤਾ ਹੋਇਆ ਅਤੇ ਜੇ ਮੈਨੂੰ ਛੱਡ ਗਿਆ ਤਾਂ ਇਹਦੇ ਨਾਲ ਮਾੜਾ ਬੰਦਾ ਕੋਈ ਨਹੀਂ ਫਿਰ ਆਪਾਂ ਉਹਨੂੰ ਲੈ ਕੇ ਵੀ ਆਉਂਦੇ ਹਾਂ ਜਦੋਂ ਨਾਲ ਲਿਆਂਦਾ ਢੀਂਡ ਸਿਉਣ ਨੂੰ ਕੀ ਕੁਛ ਕਹਿੰਦੇ ਰਹੇ ਆਪਾਂ ਢੀਂਡ ਸਿਉਣ ਇਹਨਾਂ ਨੂੰ ਕੀ ਕੁਛ ਕਹਿੰਦੇ ਰਹੇ ਫਿਰ ਰਲੇਵਾਂ ਵੀ ਹੋ ਗਿਆ ਫਿਰ ਆਪਾਂ ਕਹਿਣ ਲੱਗੇ ਬਹੁਤ ਵਧੀਆ ਗੱਲ ਹੈ ਤੁਸੀਂ ਸਾਰੇ ਜ਼ਿਲ੍ਹੇ ਸਾਂਭ ਲਓ ਸੰਗਰੂਰ ਵੀ ਤੁਸੀਂ ਸਾਂਭੋ ਮਲੇਰਕੋਟਲਾ ਵੀ ਤੁਸੀਂ ਸਮਝੋ ਬਰਨਾਲਾ ਵੀ ਤੁਸੀਂ ਸਾਂਭੋ ਸੋ ਮੈਂ ਇਹਨਾਂ ਗੱਲਾਂ ਦੇ ਹੱਕ 'ਚ ਹੈ ਨਹੀਂ ਤੁਸੀਂ ਉਨੀ ਗੱਲ ਕਹੋ ਮੈਨੂੰ ਅਕਾਲ ਤਖ਼ਤ ਸਾਹਿਬ ਦੀ ਤਕਲੀਫ ਸੀ ਕਿ ਸਾਨੂੰ ਕਿਉਂ ਨਹੀਂ ਜਾਣਾ ਚਾਹੀਦਾ ਮੈਂ ਇਹ ਨਹੀਂ ਕਹਿੰਦਾ ਕਿ ਉਹਨੇ ਆਹ ਕਰਤਾ ਜੀ ਵਾਹ ਕਰਤਾ ਸਾਡੀ ਵੋਟ ਘਟੀ ਹੈ ਇਹ ਸਾਰੀ ਦੁਨੀਆ ਨੂੰ ਪਤਾ ਕੋਈ ਇਹ ਤਾਂ ਨਹੀਂ ਕਿ ਮੈਨੂੰ ਇਕੱਲੇ ਨੂੰ ਪਤਾ ਹੈ ਸਾਰੀ ਦੁਨੀਆ ਨੂੰ ਪਤਾ ਹੈ ਕਿ ਹਰ ਇਲੈਕਸ਼ਨ 'ਚ ਸਾਡੀ ਵੋਟ ਘਟਦੀ ਗਈ ਹੈ ਪਿਛਲੀ ਵਾਰੀ ਅਸੈਂਬਲੀ ਇਲੈਕਸ਼ਨ ਹੋਈ ਅਸੀਂ ਸਾਨੂੰ 100% ਉਮੀਦ ਸੀ ਵੀ ਅਸੀਂ ਜਿੱਤਾਂਗੇ ਸਾਡੀ ਲੜਾਈ ਸੀ ਪੂਰੀ ਮੇਰੇ ਕੰਸਟੀਚੁਐਂਸੀ ਤੋਂ ਕਾਂਗਰਸ ਜਵਾਨ ਜ਼ਬਤ ਹੋ ਗਈ ਆਪ ਦੀ ਇੱਕ ਬੇਬ ਸੀ ਉਹ ਸਭ ਜਿੱਤ ਗਏ ਅਸੀਂ ਉਸ ਹਾਰ ਨੂੰ ਹਾਰ ਨਹੀਂ ਸੀ ਮੰਨਦੇ ਪਰ ਜਿਹੜੀ ਆਹ ਹੁਣ ਹੋਈ ਹੈ ਇਹ ਤਾਂ ਹਾਰ ਨੂੰ ਹਾਰ ਮੰਨੋਗੇ ਨਾ ਤੁਸੀਂ ਜੇ ਇਹ ਵੀ ਨਾ ਮੰਨਾਂਗੇ ਫਿਰ ਤਾਂ ਮੈਂ ਨਾ ਮੰਨਣ ਵਾਲੀ ਗੱਲ ਇਹ ਹੈ ਕਹਿੰਦੇ ਵੀ ਜਿਹੜੇ ਸਿਕੰਦਰ ਸਿੰਘ ਮਲੂਕਾ ਨੇ ਉਹਨਾਂ ਦੀ ਨੂੰਹ ਦੇ ਤਾਂ BJP ਵੱਲੋਂ ਚੋਣ ਲੜੀ ਹੈ ਅਤੇ ਦੂਜਾ ਇਸ਼ਾਰਾ ਤੁਹਾਡੇ 'ਤੇ ਹੈ ਕਿ ਰੱਖੜਾ ਪਰਿਵਾਰ ਦੇ BJP ਨਾਲ ਬਹੁਤ ਸੰਬੰਧ ਨੇ ਸਰਦਾਰ ਸੁਰਜੀਤ ਸਿੰਘ ਰੱਖੜਾ ਦੇ ਵੱਡੇ ਭਰਾ ਦਰਸ਼ਨ ਸਿੰਘ ਧਾਲੀਵਾਲ ਹੋਰਾਂ ਦੇ BJP ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅਮਿਤ ਸ਼ਾਹ ਹੋਰਾਂ ਨਾਲ ਬਹੁਤ ਚੰਗੇ ਸੰਬੰਧ ਨੇ ਉਹਨਾਂ ਦੇ ਇਸ਼ਾਰਿਆਂ 'ਤੇ ਕੁਛ ਹੋ ਰਿਹਾ ਦੇਖੋ ਗੱਲ ਰਿਲਾਈਜ਼ ਕਰਨ ਦੀ ਹੈ ਦੇਖੋ ਕਰਦਾ ਸਾਰਾ ਗੁਰੂ ਮਹਾਰਾਜ ਦੀ ਮਰਿਆਦਾ ਦੇ ਨਾਲ ਹੁੰਦਾ ਹੈ ਗੁਰੂ ਮਹਾਰਾਜ ਬਖਸ਼ਿਸ਼ ਕਰਦਾ ਤਾਂ ਹੀ ਹੁੰਦਾ ਹੈ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸਾਡੇ ਮਨ ਦੇ ਵਿੱਚ ਵੀ ਸੀ ਅਸੀਂ 200 ਟੈਂਟ ਲਾਇਆ ਸੀ ਉੱਥੇ ਸਾਡੇ ਤਕਰੀਬਨ 1000-1500 ਬੰਦਾ ਸਾਡੇ ਕੋਲ ਰਾਤ ਕੱਟ ਸਕਦਾ ਸੀ
26 ਜਨਵਰੀ ਨੂੰ ਸਾਡੇ ਕੋਲ 25-30 ਹਜ਼ਾਰ ਬੰਦਾ ਪ੍ਰਸ਼ਾਦ ਛੱਕ ਕੇ ਗਿਆ ਸੀ। ਉੱਥੇ ਕੀੜੀ ਦੇ ਕਟਕ ਸੀ, ਸਾਡਾ ਸਾਰਾ ਸਮਾਨ ਮੁੱਕ ਗਿਆ ਸੀ, ਮਤਲਬ ਇੰਨਾ ਉਹ ਰਸ਼ ਪੈ ਗਿਆ ਸੀਗਾ, ਕਿਤੇ ਜਾ ਕੇ ਸਮਾਨ ਨਹੀਂ ਸੀ ਲਿਆ ਸਕਦੇ ਸੀ। ਭਰਾ ਮੇਰਾ ਦਰਸ਼ਨ, ਜਿਹਦੇ ਕਹਿੰਦੇ ਨੇ ਵੀ ਬਹੁਤ ਵਧੀਆ ਲੇਸ਼ਨ ਨੇ, ਉਹਨੂੰ ਏਅਰਪੋਰਟ ਤੋਂ ਵਿਆਹ ਨੂੰ ਆ ਰਿਹਾ ਸੀ, ਉਹ ਏਅਰਪੋਰਟ ਤੋਂ ਉਹਨੂੰ ਵਾਪਸ ਮੋੜਿਆ ਗਿਆ। 3 ਕੁਐਸਚਨ ਕੀਤੇ ਕਿ ਤੂੰ ਲੰਗਰ ਬੰਦ ਕਰ ਲਾ, ਤੂੰ ਸਮਝੌਤਾ ਕਰਾ ਦੇ ਜਾਂ ਵਾਪਸ ਚੱਲਿਆ ਜਾ। ਉਹਨੇ ਕਿਹੜੀ ਚੀਜ਼ ਨੂੰ ਪ੍ਰੈਫਰ ਕੀਤਾ? ਵਾਪਸ ਜਾਣਾ ਪ੍ਰੈਫਰ ਕੀਤਾ। ਸਮਝੌਤਾ ਤਾਂ ਹੁੰਦਾ ਜੇ ਅਸੀਂ ਕੋਈ ਲਗਾਓ ਰੱਖਿਆ ਹੁੰਦਾ ਸਾਡਾ ਕਿਸੇ ਯੂਨੀਅਨ ਨਾਲ, ਪੁੱਛ ਲਓ, ਅਸੀਂ ਕਦੇ ਆਪਣੀ ਦੇਖਣੀ ਦਿਖਾਈ, ਸਾਡਾ ਕੰਮ ਲੰਗਰ ਤੱਕ ਸੀ ਕਿ ਸਾਡੀ ਸੇਵਾ ਕਰਨਾ ਬਣਦਾ। ਮੈਂ ਅੱਜ ਤੱਕ ਸਟੇਜ 'ਤੇ ਨਹੀਂ ਗਿਆ, ਭਰਾ ਮੇਰਾ ਸਟੇਜ 'ਤੇ ਨਹੀਂ ਗਿਆ, ਚਰਨਜੀਤ ਨਹੀਂ ਕਦੇ ਸਟੇਜ 'ਤੇ ਗਿਆ, ਕਦੇ ਅਸੀਂ ਸਟੇਜ 'ਤੇ ਨਹੀਂ ਗਏ, ਕਦੇ ਜਾ ਕੇ ਬੋਲੇ ਨਹੀਂ, ਕਦੇ ਜਾ ਕੇ ਇਹ ਵੀ ਨਹੀਂ ਅਨਾਊਂਸ ਕੀਤਾ ਅਸੀਂ ਕਿ ਵੀ ਤੁਸੀਂ ਸਾਡਾ ਅਨਾਊਂਸ ਕਰੋ ਅਸੀਂ ਲੰਗਰ ਲਾਇਆ ਹੋਇਆ। ਅੱਜ ਤਾਂ ਸਾਹ ਸੁਖਬੀਰ ਸਿੰਘ ਬਾਦਲ ਦੀਆਂ ਮੈਂ ਮਿੰਨਤਾਂ ਕਰਦਾ ਰਿਹਾ, ਮੇਰੇ ਹਾਲੇ ਇੱਕ ਵਾਰ ਨਹੀਂ ਕਿੰਨੇ ਵਾਰ ਕਿਹਾ ਕਿ ਪ੍ਰਧਾਨ ਸਾਹਿਬ ਅਸੀਂ 500 ਬੱਸ ਲੈ ਕੇ ਜਾਵਾਂਗੇ ਇੱਥੋਂ, ਅਸੀਂ 1000 ਟਰੈਕਟਰ ਵਾਲੀ ਵੀ ਲੈ ਕੇ ਜਾਵਾਂਗੇ ਸਾਰੇ ਸਮਾਨ ਦੀ, ਕਿ ਤੁਸੀਂ ਆ ਕੇ ਸਾਨੂੰ ਤੋੜ ਦਿਓ। ਸ਼੍ਰੋਮਣੀ ਅਕਾਲੀ ਦਲ ਦਾ ਠੱਪਾ ਲੱਗ ਗਏ, ਪੰਥ ਦਾ ਠੱਪਾ ਲੱਗੇ ਕਿ ਪੰਥ ਇਹ ਕੰਮ ਕਰ ਰਿਹਾ, ਪਰ ਉਹ ਨਹੀਂ ਆਇਆ ਇਸ ਗੱਲ 'ਤੇ। ਚਲੋ ਨਹੀਂ ਮੰਨੇ, ਉਹਨਾਂ ਦੀ ਆਪਣੀ ਸੋਚ ਸੀ, ਮੈਂ ਨਹੀਂ ਕਹਿੰਦਾ ਕਿ ਉਹਨੇ ਠੀਕ ਕੀਤਾ ਜਾਂ ਗਲਤ ਕੀਤਾ, ਪਰ ਸਾਡੀ ਸੋਚ ਇਹੀ ਰਹੀ ਹੈ। ਜੇ ਤਾਮਿਲਨਾਡੂ ਦੇ ਵਿੱਚ ਸੁਨਾਮੀ ਆਈ ਸੀ, ਉੱਥੇ ਵੀ ਅਸੀਂ ਤਕਰੀਬਨ ਉਸ ਟਾਈਮ ਦੇ ਵਿੱਚ ਅਸੀਂ 5 ਕਰੋੜ ਰੁਪਏ ਦਾ ਸਮਾਨ ਲੈ ਕੇ ਆਏ ਸੀ, ਪੂਰੀ ਟ੍ਰੇਨ ਸਾਡੀ ਉਹ ਸੀਗੀ। 1 ਮਹੀਨਾ ਮੈਂ ਉੱਥੇ ਆਪ ਖੁਦ ਰਿਹਾ, ਉੱਥੇ ਅਸੀਂ ਭੁੰਜੇ ਪੈਂਦੇ ਰਹੇ ਹਾਂ, ਜਾ ਕੇ ਉੱਥੇ ਲੋਕਾਂ ਦੀ ਸੇਵਾ ਕਰਦੇ ਰਹੇ ਹਾਂ, ਪਰ ਅਸੀਂ ਇਹ ਨਹੀਂ ਸੋਚਿਆ। ਸਾਹਿਬ ਪ੍ਰਕਾਸ਼ ਸਿੰਘ ਬਾਦਲ ਸਾਡੇ ਨਾਲ ਗਏ, ਬੀਬੀ ਜਗੀਰ ਕੌਰ ਪ੍ਰਧਾਨ ਸੀ ਸ਼੍ਰੋਮਣੀ ਕਮੇਟੀ ਦੀ, ਉਹ ਵੀ ਨਾਲ ਗਏ। ਸਾਹਿਬ ਸੁਖਬੀਰ ਸਿੰਘ ਬਾਦਲ ਵੀ ਉੱਥੇ ਗਿਆ ਸੀ, ਮਾਨ ਸਾਹਿਬ ਸੀ ਮੈਂਬਰ ਪਾਰਲੀਮੈਂਟ, ਉਹ ਵੀ ਗਏ ਸੀ, ਮੇਰਾ ਖਿਆਲ ਢੀਂਡ ਸਾਹਿਬ ਮੈਨੂੰ ਪੱਕਾ ਪਤਾ ਨਹੀਂ ਗਏ ਸੀ ਜਾਂ ਨਹੀਂ ਗਏ, ਇਹ ਸਾਰੇ ਉੱਥੇ ਗਏ ਸੀ। ਉੱਥੇ ਪੰਜਾਬ ਵਾਲਿਆਂ ਦੀ ਗੱਲ ਚੱਲੀ ਵੱਡੀ, ਦੇਖੋ ਸਾਡੀ ਲੈਂਗੁਏਜ ਨਹੀਂ ਸੀ ਸਮਝਦੇ ਸੀ ਪਹਿਲਾਂ ਸ਼ੁਰੂ ਦੇ ਵਿੱਚ, ਉਹ ਗੱਲ ਸਮਝ, ਇਹ ਗੱਲ ਕਹਿੰਦੇ ਸੀ ਕਿ ਜਿਹੜੇ ਸਾਡੇ 'ਤੇ ਇੰਪ੍ਰੈਸ਼ਨ ਹੈ ਕਿ ਜਿੰਨੇ ਪੱਗਾਂ ਵਾਲੇ ਬੰਦੇ ਨੇ ਇਹ ਸਾਰੇ ਪਛਤਾਓ ਰੱਖਦੇ ਨੇ, ਇਹ ਬੰਦੇ ਮਾਰਨ ਦਾ ਕੰਮ ਕਰਦੇ ਨੇ, ਉਹ ਕਹਿੰਦੇ ਸਾਡੇ 'ਤੇ ਇਹ ਇੰਪ੍ਰੈਸ਼ਨ ਦਿੱਤਾ ਹੋਇਆ ਸੀ। ਪਰ ਜਦੋਂ ਜਾ ਗਏ ਅਸੀਂ ਉੱਥੇ ਸੇਵਾ ਕੀਤੀ, ਅਸੀਂ ਦਿਨ ਰਾਤ ਕੀਤਾ, ਫਿਰ ਲੋਕ ਸਾਡੀ ਇਹ ਵੀ ਗੱਲ ਕਰਦੇ ਕਿ ਸਾਡੇ ਰਿਸ਼ਤੇਦਾਰ, ਸਾਡੇ ਦੋਸਤ, ਸਾਡੇ ਮਿੱਤਰ ਸਾਨੂੰ ਛੱਡ ਕੇ ਇੱਥੇ ਵਗ ਗਏ। ਇੰਨੀ ਬਿਮਾਰੀ ਫੈਲੀ ਸੀ ਉੱਥੇ, ਸਾਨੂੰ ਪਤਾ ਲੱਗਿਆ ਕਿ ਜਿੱਥੇ ਸਮੁੰਦਰ ਦੇ ਕੰਢੇ ਦੇ ਉੱਤੇ ਬੂਟੇ ਲੱਗੇ ਹੋਏ ਸੀ, ਦਰਖਤ ਸੀ, ਉੱਥੇ ਨੁਕਸਾਨ ਘੱਟ ਹੋਇਆ। ਅਸੀਂ ਪਲਾਂਟੇਸ਼ਨ ਕਰਾਉਣੀ ਸ਼ੁਰੂ ਕੀਤੀ ਉੱਥੇ। ਉੱਥੇ ਅਸੀਂ 2 ਫੁੱਟ ਦਾ ਟੋਆ ਪੜਦੇ ਸੀ, ਸਾਨੂੰ ਲਾਸ਼ ਨਿਕਲ ਆਉਂਦੀ ਸੀ, ਮੈਕਸੀਮ ਬੱਚੇ ਅਤੇ ਲੇਡੀਜ਼ ਦੀ ਲਾਸ਼ਾਂ ਨਿਕਲੀਆਂ ਉੱਥੋਂ। ਉਹਦਾ ਕਾਰਨ ਕੀ ਸੀ ਕਿ ਜਦੋਂ ਪਾਣੀ ਆਇਆ ਉਹ ਵਾਪਸ ਗਿਆ, ਉਹ ਡਿੱਗੇ ਉੱਥੇ, ਮੁੜ ਕੇ ਉੱਠ ਨਹੀਂ ਸਕੇ, ਰੇਤ ਦੇ ਥੱਲੇ ਰਹਿ ਗਏ ਉਹ। ਸੋ ਅਸੀਂ ਤਾਂ ਕਦੇ ਉਹ ਵੀ ਨਹੀਂ ਕੀਤਾ, ਅਸੀਂ ਕੋਈ ਜਿੰਨਾ ਕੰਮ ਵੀ ਕੀਤਾ ਉਹ ਜਦੋਂ ਹੌਲੀ 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 ਗੱਲ ਬੰਦਿਆਂ ਦੇ ਪੱਲੇ ਪੈਂਦੀ ਹੈ। ਦਰਸ਼ਨ ਕਿੰਨੇ, ਉਹ ਤਕਰੀਬਨ 2-3 ਮਹੀਨੇ ਇੰਡੀਆ ਆ ਜਾਂਦਾ ਸੀ, 6 ਮਹੀਨੇ ਉਹਨੂੰ ਆਉਣ ਨਹੀਂ ਦਿੱਤਾ। ਫਿਰ ਮੈਨੂੰ ਨਹੀਂ ਪਤਾ ਕੀ ਗੱਲ ਹੋਈ ਹੈ ਕੀ ਨਹੀਂ ਗੱਲ ਹੋਈ, ਅਸੀਂ ਆਪ ਇਤਵਾਰ ਨਹੀਂ ਸੀ ਕਰਦੇ। ਜਦੋਂ ਉਹਨੂੰ ਇਨਵਾਈਟ ਕੀਤਾ ਮੋਦੀ ਸਾਹਿਬ ਨੇ, ਆਪਣੇ ਘਰ ਇਨਵਾਈਟ ਕੀਤਾ ਅਤੇ ਗੱਲਾਂ ਹੋਈਆਂ, ਉਹਨੂੰ ਕਿਹਾ ਤੂੰ ਸਟੇਜ 'ਤੇ ਬੋਲ, ਸਾਡੇ ਪਰਿਵਾਰ 'ਚੋਂ ਮੈਂ ਸਟੇਜ 'ਤੇ ਮਾੜਾ ਮੋਟਾ ਬੋਲਦਾ, ਪਹਿਲਾਂ ਮੈਂ ਵੀ ਨਹੀਂ ਸੀ ਬੋਲਦਾ ਹੁੰਦਾ। ਉਹ ਕਹਿੰਦਾ ਨਾ ਮੈਂ ਬੋਲਣਾ ਨਹੀਂ, ਆਰਗੂ ਹੋਣ ਦੇ ਬਾਵਜੂਦ ਧੱਕੇ ਨਾਲ ਉਹਦਾ ਨਾਂ ਲੈਤਾ, ਸਿਰਫ 1.5 ਮਿੰਟ ਬੋਲਿਆ ਸੀ ਉਹ, ਬਹੁਤਾ ਕੁਛ ਕਿਹਾ ਨਹੀਂ ਉਹਨੇ। ਅਤੇ ਨਾਲ ਹੀ ਉਸ ਤੋਂ ਬਾਅਦ ਮੋਦੀ ਸਾਹਿਬ ਨੇ 1 ਮਿੰਟ ਦੇ ਲਈ ਹੱਥ ਬੰਨ ਕੇ ਕਿਹਾ ਵੀ ਸਰਦਾਰ ਸਾਹਿਬ ਸਾਡੇ ਤੋਂ ਗਲਤੀ ਹੋ ਗਈ ਸੀ, ਸਾਡੀ ਬਲੰਡਰ ਸੀ ਉਦੋਂ ਜਿਹੜਾ ਤੁਹਾਨੂੰ ਵਾਪਸ ਮੋੜਨਾ ਸੀ। ਸਾਨੂੰ ਵੀ ਸੀ ਪਤਾ ਕਿ ਤੁਸੀਂ ਤਾਮਿਲਨਾਡੂ ਦੇ ਵਿੱਚ ਵੀ ਸੇਵਾ ਕਰਕੇ ਆਏ ਹੋ, ਤੁਸੀਂ ਇੱਥੇ ਵੀ ਸੇਵਾ ਕਰਦੇ ਹੋ, ਤੁਸੀਂ ਪਹਿਲਾਂ ਵੀ ਕਰਦੇ ਹੋ, ਤੁਸੀਂ ਗੁਰਦੁਆਰਾ ਸਾਹਿਬ ਦੀ ਵੀ ਸੇਵਾ ਕਰਵਾਉਂਦੇ ਹੋ, ਤੁਸੀਂ ਸੋਸ਼ਲ ਕੰਮ ਵੀ ਕਰਦੇ ਹੋ। ਉਹਨਾਂ ਨੂੰ ਤਾਂ ਇੱਥੇ ਤੱਕ ਵੀ ਪਤਾ ਸੀ ਕਿ ਜਦੋਂ 300 ਸਾਲਾ ਮਨਾਇਆ ਉਦੋਂ ਤੁਸੀਂ ਬੋਰਡ ਲਵਾਏ ਸੀ,
ਉਹਦਾ ਮੈਂ ਪੋਲੀਟਿਕਸ ਹੈ ਹੀ ਨਹੀਂ ਸੀ, ਇਹ ਸੋਚਿਆ ਨਹੀਂ ਸੀ ਕਿ ਸਿਆਸਤ 'ਚ ਆਉਣੇ। ਸਾਡੇ ਪਰਿਵਾਰ ਦੇ ਵਿੱਚ ਕਿਸੇ ਬੰਦੇ ਨੇ ਪੰਚਾਇਤ ਮੈਂਬਰ ਦੀ ਵੀ ਇਲੈਕਸ਼ਨ ਨਹੀਂ ਸੀ ਲੜੀ। ਸਾਡੇ ਬਾਪੂ ਜੀ ਨੇ ਇੱਕ ਵਾਰ ਸਰਪੰਚ ਬਣਾਤਾ ਸੀ, ਮੈਨੂੰ ਯਾਦ ਹੈ, ਅਤੇ ਸਾਡੇ ਪੰਜ ਛੇ ਪਿੰਡ ਹੁੰਦੇ ਸੀ, ਸਾਰੇ ਲੜਾਈ ਹੋਈ ਬਾਬੇ ਸਿੱਧੇ, ਸ਼ਰਾਬ ਚੜ੍ਹਦੀ ਬਾਬੇ ਸਿੱਧੇ ਉੱਤੇ, ਕਾਫੀ ਲੋਕ ਸ਼ਰਾਬ ਚੜ੍ਹਾਉਂਦੇ ਨੇ, ਸ਼ਰਧਾ ਹਰ ਬੰਦਿਆਂ ਦੀ, ਉਹ ਸ਼ਰਾਬ ਪੀ ਕੇ ਲਾਡੂ ਟੱਪੇ, ਪੰਚਾਇਤ ਨੇ ਰਾਜੀ ਬੰਦਾ ਕਰਾਤਾ। ਉਹਨਾਂ ਨੇ ਸ਼ਾਮ ਨੂੰ ਸਾਡੇ ਘਰ ਇੱਕ ਅੰਬਾਂ ਦਾ ਟੋਕਰਾ ਭੇਜਤਾ, ਕਿਉਂਕਿ ਉੱਥੇ ਬਾਗ ਲੱਗਿਆ ਹੋਇਆ ਸੀ। ਅਸੀਂ, ਮੇਰਾ ਖਿਆਲ ਮੈਂ ਪੰਜ ਸਾਲ ਦਾ ਹੋਊਂਗਾ, ਦਰਸ਼ਨ ਮਿੱਤਰ 2 ਸਾਲ ਵੱਡਾ ਸੀਗਾ, ਅਸੀਂ ਅੰਬ ਚੁੱਪਣੇ ਸ਼ੁਰੂ ਕਰਤੇ। ਸਾਨੂੰ ਗਾਲਾਂ ਕੱਢੀਆਂ ਗਈਆਂ ਸਾਡੇ ਬਾਪੂ ਜੀ ਨੇ, ਜਿੰਨੇ ਅੰਬ ਚੁੱਪੇ ਉਹਦੇ ਵਿੱਚ ਪਾਏ ਗਏ, ਟੋਕਰਾ ਵੇਚ ਮੋੜਿਆ ਉਹਨਾਂ ਦਾ। ਸਰਪੰਚ ਤੋਂ ਰਿਜਾਇਨ ਕੀਤਾ, ਇੱਕ ਹਫ਼ਤਾ ਸਾਡੇ ਘਰ ਇਕੱਠ ਹੁੰਦਾ ਰਿਹਾ ਕਿ ਜੀ ਨਹੀਂ ਤੁਸੀਂ ਗਾਹਾਂ ਵਾਸਤੇ ਅੰਬ ਨਾ ਲਿਓ ਜੀ, ਉਹ ਕਹਿੰਦੇ ਨਾ, ਮੈਂ ਆਪਣੇ ਬੱਚਿਆਂ ਨੂੰ ਪੂਜਾ ਦਾ ਧਾਨ ਨਹੀਂ ਖਵਾਉਣਾ, ਜਿਹੋ ਜਿਹਾ ਧਾਨ ਖਾਣਗੇ ਉਹੋ ਜਿਹਾ ਉਹ ਹੋਜੂਗਾ। ਸੋ ਮੁੜ ਕੇ ਉਹ ਉਸ ਪਾਸੇ ਆਈ ਨਹੀਂ, ਅਤੇ ਮੈਨੂੰ ਕਲੱਬ ਵਿੱਚ ਪ੍ਰਧਾਨ ਬਣਾਇਆ ਸਾਡੇ ਪਿੰਡ ਦਾ। ਅੱਜ ਤੱਕ ਵੀ ਸਾਡਾ ਕਲਚਰ ਉਹ ਚੱਲਦਾ ਹੈ, ਸਾਡੇ ਪਿੰਡ ਦੇ ਵਿੱਚ ਦੇਖੋਗੇ ਇੱਕ ਇੰਚ ਵੀ ਜਗ੍ਹਾ ਤੁਹਾਨੂੰ ਕੱਚੀ ਨਹੀਂ ਮਿਲਦੀ। ਜਿੰਨੇ ਸਾਡੇ ਬੱਚੇ ਨੇ, ਜਿਹੜੇ ਛੋਟੇ ਬੱਚੇ ਨੇ, ਉਹ ਸਾਰੇ ਜੇ ਕਾਰ ਜਾਊਂਗੇ ਫਤਿਹ ਬੁਲਾਉਣਗੇ, ਜੇ ਤੁਰ ਕੇ ਜਾਊਂਗੇ ਪੈਰੀਂ ਹੱਥ ਲਾਉਣਗੇ। ਮਤਲਬ ਇਹ 72 ਦਾ ਸਾਡਾ ਸ਼ੁਰੂ ਕੀਤਾ ਹੋਇਆ ਕੰਮ ਅੱਜ ਵੀ ਉਹ ਕਿਸੇ ਹੱਦ ਤੱਕ ਚੱਲ ਰਿਹਾ। ਰੱਖੜਾ ਪਰਿਵਾਰ ਦੀ ਬਾਦਲ ਪਰਿਵਾਰ ਨਾਲ ਨਿੱਜੀ ਸਾਂਝ ਸੀ, ਪਰਿਵਾਰਕ ਸਾਂਝ ਸੀ, ਬਹੁਤ ਨੇੜਲਾ ਜਿਹੜਾ ਰਿਸ਼ਤਾ ਹੈ, ਕਿਉਂਕਿ ਬਾਦਲ ਸਾਹਿਬ ਜਦੋਂ ਵੀ ਪਟਿਆਲੇ ਏਰੀਏ 'ਚ ਜਾਂ ਕਿਤੇ ਆਉਂਦੇ ਸੀ ਤਾਂ ਤੁਹਾਡੇ ਘਰ 'ਚ ਹੀ ਰਹਿੰਦੇ ਸੀ। ਸੋ ਤੁਹਾਨੂੰ ਇਸ ਗੱਲ ਦਾ ਅਫਸੋਸ ਜਾਂ ਦੁੱਖ ਨਹੀਂ ਹੋਇਆ ਕਿ ਜਿਹੜੇ ਰਿਸ਼ਤਿਆਂ ਦੇ ਵਿੱਚ ਹੁਣ ਖਟਾਸ ਆਈ ਹੈ? ਜਿਹੜੀ ਇੰਨੀ ਡਿਲੇਅ ਹੋਈ ਉਹਦਾ ਇੱਕ ਇਹੀ ਕਾਰਨ ਹੈ, ਜੇ ਮੈਂ ਅੱਜ ਸਿਆਸਤ ਦੇ ਵਿੱਚ ਹਾਂ, ਇਹ ਸਾਹ ਪ੍ਰਕਾਸ਼ ਨੇ ਬਾਲ ਦੀ ਬਦੌਲਤ ਆ, ਅਦਰਵਾਈਜ਼ ਤਾਂ ਮੈਂ ਕਦੇ ਸੋਚਿਆ ਹੀ ਹੈ ਨਹੀਂ। ਅਸੀਂ ਤਾਂ ਕਦੇ ਤੁਹਾਨੂੰ ਸਾਹਿਬ ਪੰਚਾਇਤ ਮੈਂਬਰ ਦੀ ਇਲੈਕਸ਼ਨ ਦੀ ਲੜਨ ਦੀ ਕਦੇ ਸੋਚੀ? ਸਾਹ ਪ੍ਰਕਾਸ਼ ਸਿੰਘ ਬਾਦਲ ਨੇ ਅਤੇ ਪੰਥਰ ਜਿਸਦਾ ਗੁਰਚਰਨ ਸਿੰਘ ਟੌੜਾ ਸਾਹਿਬ ਨੇ ਚੰਡੀਗੜ੍ਹ ਬੁਲਾਇਆ, ਚੰਡੀਗੜ੍ਹ ਕਹਿਣ ਲੱਗੇ ਵੀ ਆਹ 300 ਸਾਲਾਂ ਦੇ ਉੱਤੇ ਸਾਰੇ ਕੁਛ ਨਾ ਕੁਛ ਕਰ ਰਹੇ ਨੇ, ਤੁਸੀਂ ਵੀ ਕੁਛ ਕਰੋ। ਅਸੀਂ ਕਿਹਾ ਜੀ ਤੁਸੀਂ ਦੱਸੋ, ਜੋ ਤੁਸੀਂ ਕਹੋਗੇ ਅਸੀਂ ਉਹੀ ਕਰਾਂਗੇ। ਉਹ ਕਹਿਣ ਲੱਗੇ ਵਧਾਈ ਦੇ ਬੋਰਡ ਲਵਾ ਦੇ ਸੀ, ਅਸੀਂ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਬੋਰਡ ਲਵਾਏ ਸੀ, ਅੱਜ ਤਾਂ ਆਪਾਂ ਫਲੈਕਸ਼ਨ ਲਾ ਦਿੰਦੇ ਹਾਂ। ਉਹ ਜ਼ਮਾਨੇ ਤਾਂ ਗਾਰਡਨਾਂ ਦੇ ਉੱਤੇ ਬੋਰਡ ਲੱਗਦੇ ਸੀ, ਹੱਥ ਨਾਲ ਲਿਖਦੇ ਹੁੰਦੇ ਸੀ, ਅਸੀਂ ਗੋਬਿੰਦਗੜ੍ਹ ਤੋਂ ਗਾਰਡਨ ਮੰਗਵਾਉਂਦੇ ਸੀਗੇ, ਫਿਰ ਉਹ ਲਿਖਦੇ ਸੀਗੇ, ਫਿਰ ਉਹਨਾਂ ਨੂੰ ਵੀ ਠੀਕ ਲੱਗਿਆ, ਫਿਰ ਉਹ ਇਨ ਦਾ ਮੀਨ ਟਾਈਮ ਕੁਦਰਤੀ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ, ਆਪਸ ਵਿੱਚ ਦੋਹਾਂ ਦਾ ਲੜਾਈ ਝਗੜਾ ਹੋ ਗਿਆ ਟੌੜਾ ਸਾਹਿਬ ਦਾ, ਕਿਉਂਕਿ ਮਤਲਬ ਬਸ ਲਿਆ ਇੰਟਰਸਟ ਨਹੀਂ ਸੀ ਕੋਈ ਸਿਆਸਤ 'ਚ, ਪਰ ਮੇਰੀ ਟੌੜਾ ਸਾਹਿਬ ਨਾਲ ਲਗਾਓ ਬਹੁਤ ਸੀ, ਨੇੜਤਾ ਸੀ। ਟੌੜਾ ਸਾਹਿਬ ਤਾਂ ਮੇਰੇ ਸੁੱਤੇ ਪੈ ਪੈ ਕੇ ਮੈਂ ਘਰੇ ਆ ਜਾਂਦੇ ਸੀ, ਅਤੇ ਬਾਲ ਸਾਹਿਬ ਨੇ ਦਾ ਮੈਨੂੰ ਸਵੇਰੇ ਸਵੇਰੇ ਟੈਲੀਫੋਨ ਆਇਆ, ਸਜਸਵੀਰ ਸਿੰਘ ਵੀਰ ਸਾਡੇ ਡਿਪਟੀ ਕਮਿਸ਼ਨਰ ਲੱਗੇ ਹੁੰਦੇ ਸੀ ਪਟਿਆਲੇ, ਉਹਨਾਂ ਦਾ ਟੈਲੀਫੋਨ ਆਇਆ, ਰੱਖੜਾ ਸਾਹਿਬ ਕੀ ਹਾਲ ਹੈ, ਠੀਕ ਹੈ? ਉਦੋਂ ਲੈਂਡਲਾਈਨ ਫੋਨ ਹੁੰਦੇ ਸੀਗੇ, ਮਾਂ ਜੀ ਠੀਕ ਹੈ, ਕੋਈ ਬਹੁਤੀ ਗੱਲ ਨਾ ਕੀਤੀ, ਟਾਈਮ ਫੋਨ ਰੱਖਤਾ ਉਹਨਾਂ ਨੇ। ਮੇਰਾ ਖਿਆਲ ਹੈ ਵੀ 5-4 ਮਿੰਟ ਬਾਅਦ ਹੀ ਮੈਨੂੰ ਬਾਲ ਸਾਹਿਬ ਦਾ ਟੈਲੀਫੋਨ ਆ ਗਿਆ, ਕਹਿੰਦੇ ਕਾਕਾ ਮੈਂ ਪ੍ਰਕਾਸ਼ ਸਿੰਘ ਬਾਦਲ ਬੋਲਦਾ, ਅਤੇ ਮਾਂ ਜੀ ਗੱਲ ਕਰਾ ਦਿਓ। ਹੁਣ ਤੁਸੀਂ ਇਮੈਜਿਨ ਨਹੀਂ ਕਰਦੇ ਵੀ ਚੀਫ ਮਿਨਿਸਟਰ ਤੁਹਾਡੇ ਨਾਲ ਸਿੱਧੀ ਗੱਲ ਕਰੂਗਾ, ਮਾਂ ਜੀ ਗੱਲ ਕਰਾ ਦਿਓ। ਫਿਰ ਦੁਬਾਰੇ ਕਹਿੰਦੇ ਨਹੀਂ ਕਾਕਾ ਮੈਂ ਪ੍ਰਕਾਸ਼ ਸਿੰਘ ਬਾਦਲ ਹੀ ਬੋਲਦਾ, ਮਾਂ ਜੀ ਮੈਂ ਤਾਂ ਕਹਿ ਰਿਹਾ ਵੀ ਗੱਲ ਕਰਾ ਦਿਓ। ਜਾਂ ਤੀਜੀ ਵਾਰ ਉਹਨੇ ਕਿਹਾ ਮੈਂ ਸੋਰੀ ਬਾਲ ਸਾਹਿਬ, ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਤਾਂ ਮੈਂ ਪਛਾਣਿਆ ਤੁਹਾਨੂੰ। ਉਹ ਕਹਿਣ ਲੱਗੇ ਵੀ ਨਹੀਂ ਤੇਰੀ ਕਾਹਦੀ ਗਲਤੀ ਹੈ, ਕਦੇ ਆਪਣੀ ਟੈਲੀਫੋਨ 'ਤੇ ਗੱਲ ਹੀ ਨਹੀਂ ਹੋਈ ਹੈ। ਮਾਂ ਜੀ ਹਾਂ ਜੀ, ਕਾਕਾ ਤੈਨੂੰ ਪਾਰਲੀਮੈਂਟ ਦੀ ਇਲੈਕਸ਼ਨ ਲੜਾ ਦੀਏ ਸ਼ੋਰਟ 'ਚ ਉਹਨਾਂ ਨੇ ਸਿੱਧਾ ਹੀ। ਮੈਂ ਉੱਚੀ ਉੱਚੀ ਹੱਸ ਪਿਆ, ਮਾਂ ਬਾਲ ਸਾਹਿਬ ਗਲਤ ਬੰਦੇ ਨੇ ਟੈਲੀਫੋਨ ਕਰ ਲਿਆ, ਸਾਡੀ ਫੈਮਿਲੀ ਤਾਂ ਕੋਈ ਸਿਆਸਤ 'ਚ ਹੈ ਨਹੀਂ, ਅਸੀਂ ਕਦੇ ਪੰਚਾਇਤ ਮੈਂਬਰ ਦੀ ਇਲੈਕਸ਼ਨ, ਤੁਹਾਡੀ ਅਸੀਂ ਮਦਦ ਕਰਾਂਗੇ, ਤੁਸੀਂ ਜਿਹਨੂੰ ਮਰਜ਼ੀ ਖੜਾ ਕਰ ਦਿਓ, ਤੁਹਾਡੀ ਅਸੀਂ ਮਦਦ ਕਰਾਂਗੇ। ਨਹੀਂ ਕਾਕਾ ਵਧੀਆ ਹੁੰਦੀ ਹੈ, ਮਹਾਂ ਜੀ ਬਾਲ ਸਾਹਿਬ ਜੋ ਵੀ ਹੁੰਦਾ ਜੀ, ਅਤੇ ਮੈਨੂੰ ਕਹਿੰਦੇ ਚਲੋ ਆਪਾਂ ਮਿਲਤਾ ਲਈਏ। ਮਹਾਂ ਜੀ ਬਾਲ ਸਾਹਿਬ ਤੁਹਾਡਾ ਹੁਕਮ ਹੈ, ਜਿਵੇਂ ਤੁਸੀਂ ਕਹੋਗੇ। ਮੈਂ ਜਿੰਨਾ ਪੋਲਾਈਟਲੀ ਸਾਹਿਬ ਪ੍ਰਕਾਸ਼ ਸਿੰਘ ਬਾਲ ਬੋਲ ਸਕਦੇ ਸੀ, ਕੋਈ ਨਹੀਂ ਸੀ ਬੋਲ ਸਕਦਾ। ਕਾਕਾ ਤੁਸੀਂ ਆਓਗੇ, ਮੈਂ ਆਵਾਂ? ਮਹਾਂ ਜੀ ਨਹੀਂ ਤੁਸੀਂ ਕਿਉਂ ਆਓਗੇ, ਮੈਂ ਆਊਂਗਾ।
ਪੰਜਾਬ ਭਵਨ ਆ ਸਕਦੇ ਹੋ 4 ਵਜੇ? ਮੈਂ 4 ਵਜੇ ਪੰਜਾਬ ਭਵਨ ਆ ਜਾਣਾ। ਮੈਂ 4 ਵਜੇ ਪੰਜਾਬ ਭਵਨ ਵੱਗ ਗਿਆ। ਉੱਥੇ ਉਹਨਾਂ ਨੇ ਮੈਨੂੰ ਉਹ ਕਮਰਾ ਜਿੱਥੇ ਬੈਠਦੇ ਹੁੰਦੇ ਸੀ ਬਾਲ ਸਾਹਿਬ, ਉੱਥੇ ਬੁਲਾ ਲਿਆ। ਕਮਰਾ ਭਰਿਆ ਪਿਆ ਸੀ, ਸ਼ੁਰੂ ਹੋ ਗਈ ਸੀ ਇਲੈਕਸ਼ਨਾਂ ਦੀ, ਮਾੜਾ ਜਿਹਾ ਗਰਮਾ ਗਰਮ 99 ਵਾਲੀ, ਅਤੇ ਸਾਰੇ ਬਾਹਰ ਕੱਢ ਕੇ ਮੈਨੂੰ ਕੋਲੇ ਬਿਠਾ ਲਿਆ। ਕਾਕਾ ਜੀ, ਮੈਂ ਤੁਹਾਨੂੰ ਬਹੁਤ ਪਿਆਰ ਕਰਦਾ, ਤੁਸੀਂ ਬਹੁਤ ਚੰਗੇ ਇਨਸਾਨ ਹੋ, ਦੇਖੋ ਤੁਸੀਂ ਕਿੰਨਾ ਦਾਨ ਪੁੰਨ ਕਰਦੇ ਹੋ ਜੀ, ਕਿੱਡਾ ਬੜਾ ਸਿੱਧਾ ਹੋਇਆ ਜੀ। ਮੈਂ ਤਾਂ ਜੀ ਤਹਿਸੀਲਦਾਰ ਭਰਤੀ ਹੋਣ ਗਿਆ ਸੀ, ਮੈਨੂੰ ਤਹਿਸੀਲਦਾਰ ਨਹੀਂ ਰੱਖਿਆ ਜੀ, ਮੈਨੂੰ ਕੀ ਪਤਾ ਮੈਂ ਤਹਿਸੀਲਦਾਰ ਭਰਤੀ ਕਰਨ ਵਾਲਾ ਬਣ ਜੂੰਗਾ। ਅਤੇ ਕਾਕਾ ਜੀ ਵਧੀਆ ਤੁਸੀਂ ਹੋਇਆ, ਜਦੋਂ ਚੀਫ ਮਿਨਿਸਟਰ ਹੋਵੇ, ਬਜ਼ੁਰਗ ਆਦਮੀ ਹੋਵੇ, ਇੰਨੇ ਪਿਆਰ ਨਾਲ ਕਹਿੰਦਾ ਹੋਵੇ, ਤੁਸੀਂ ਕਿਵੇਂ ਨਾ ਕਰ ਸਕਦੇ ਹੋ? ਅਤੇ ਅਖੀਰ ਮੈਂ ਉਹਨੂੰ ਕਿਹਾ, ਮੈਂ ਬਾਲ ਸਾਹਿਬ ਜਿਵੇਂ ਤੁਹਾਡੀ ਮਰਜ਼ੀ ਹੈ ਜੀ, ਕੋਈ ਨਹੀਂ ਜੀ, ਦੇਖ ਲੈਂਦੇ ਹਾਂ ਜੀ। ਕਾਕਾ ਮੈਨੂੰ ਪਤਾ ਲੱਗਿਆ ਵੀ ਤਿੰਨੇ ਭਾਈ ਸਲਾਹ ਕਰੇ ਬਿਨਾਂ ਕੋਈ ਕੰਮ ਨਹੀਂ ਕਰਦੇ। ਮੈਂ ਬਾਲ ਸਾਹਿਬ ਹਾਂਜੀ ਕਾਕਾ, ਫਿਰ ਆਪਾਂ ਅਮਰੀਕਾ ਟੈਲੀਫੋਨ ਕਰ ਲਈਏ। ਮੈਂ ਜੀ ਕਰ ਲਓ, ਮੇਰੇ ਤੋਂ ਟੈਲੀਫੋਨ ਨੰਬਰ ਪੁੱਛਿਆ, ਉਹਨਾਂ ਨੇ ਆਪ ਹੀ ਡਾਇਲ ਕੀਤਾ, ਦਰਸ਼ਨ ਨੂੰ ਟੈਲੀਫੋਨ ਕੀਤਾ, ਦਰਸ਼ਨ ਨੇ ਕੁਦਰਤੀ ਟੈਲੀਫੋਨ ਚੱਕਿਆ ਨਹੀਂ ਕਿਉਂਕਿ ਉੱਥੇ ਰਾਤ ਸੀਗੀ। ਅਤੇ ਕਾਕਾ ਜੀ ਹੁਣ ਤੁਸੀਂ ਸ਼ਾਮ ਨੂੰ ਜ਼ਰੂਰ ਗੱਲ ਕਰ ਲਿਓ, ਗੱਲ ਸਾਡੀ ਰੋਜ਼ ਹੁੰਦੀ ਸੀ। ਅਤੇ ਅਸੀਂ ਮੈਂ ਗੱਲ ਕੀਤੀ ਉਹ ਅਖੀਰ ਨੂੰ ਸਾਡਾ ਦੋਹਾਂ ਦਾ ਗੱਲਬਾਤ 'ਚ ਲੰਮੀ ਸਾਡੀ ਇਹ ਫੈਸਲਾ ਹੋਇਆ ਕਿ ਵੀ ਨਹੀਂ ਆਪਾਂ ਸਿਆਸਤ 'ਚ ਨਹੀਂ ਆਉਣਾ ਹੈ। ਉਹ ਮੈਨੂੰ ਕਹਿਣ ਲੱਗਾ ਵੀ ਸਾਡੇ ਬਾਪੂ ਜੀ ਦਾ ਕੀ ਕੰਮ ਹੁੰਦਾ ਸੀ, ਉਹ ਜਵਾਨੇ 'ਚ ਹੁੰਦਾ ਸੀ 20,000, 25,000, 30,000, ਕਿਸੇ ਸਕੂਲ ਜਾਣਾ, ਕਿਸੇ ਕਾਲਜ 'ਚ ਜਾਣਾ, ਕਿਸੇ ਸਪੋਰਟਸ 'ਤੇ ਫੰਕਸ਼ਨ 'ਤੇ ਜਾਣਾ, ਜਿੰਨੇ ਪੈਸੇ ਦੇਣੇ ਨੇ ਉਹ ਆਪਣੀ ਜੇਬ 'ਚ ਪਾ ਕੇ ਲੈ ਕੇ ਜਾਂਦੇ ਸੀ ਆਪਣੀ ਮਰਜ਼ੀ ਨਾਲ। ਕਈ ਵਾਰ ਕੀ ਹੁੰਦਾ, ਕਿਸੇ 20,000 ਦੇਣਾ ਹੈ, ਕੋਈ ਨਾਲ ਦਾ ਬੰਦਾ ਉਹਨੇ ਕਹਿਣਾ, ਉਹਨਾਂ ਨਵੇਂ ਬਾਪੂ ਜੀ, ਸਾਰੇ ਬਾਪੂ ਜੀ ਕਹਿੰਦੇ ਹੁੰਦੇ ਸੀ, ਬਾਪੂ ਜੀ ਆਪਾਂ ਐਂ ਕਰੀਏ ਵੀ 21,000 ਦੇ ਦਈਏ। ਉਹ ਕਹਿੰਦੇ 21,000 ਦੇ ਦਿੰਦਾ, 20,000 ਮੈਂ ਦੇਣਾ, 1,000 ਤੂੰ ਕੱਢ। ਮੈਂ ਜੋ ਮਨ ਬਣਿਆ ਹੋਇਆ ਉਹਨੂੰ ਉਹ ਕਰਨਾ। ਮੈਨੂੰ ਕਹਿੰਦਾ ਵੀ ਹੁਣ ਮਹਿੰਗਾਈ ਹੋ ਗਈ, ਵੀ ਤੂੰ ਬਾਪੂ ਜੀ ਵਾਲਾ ਕੰਮ ਸ਼ੁਰੂ ਕਰ ਲਾ। ਅਤੇ ਮਾਂ ਜਾ ਮੇਰਾ ਮਨ ਵੀ ਇਹੀ ਹੈ ਵੀ ਸਿਆਸਤ 'ਚ ਨਾ ਪੀਏ, ਸਿਆਸਤ 'ਚ ਬਹੁਤਾ ਸਾਡਾ ਮਨ ਨਹੀਂ ਸੀ। ਚਲੋ ਗੱਲ ਹੋਈ, ਸਾਡਾ ਫੈਸਲਾ ਹੋ ਗਿਆ। ਫਿਰ ਬਾਲ ਸਾਹਿਬ ਨੇ, ਕੈਪਟਨ ਕਮਲਜੀਤ ਸੀਗੇ, ਉਹ ਮੇਰੇ ਪਿੱਛੇ ਪਾਸੇ ਮਖਮੇਲਪੁਰ ਸਾਹਿਬ ਸੀ, ਪੰਜਰ ਸਾਹਿਬ ਸੀ, ਇਹਨਾਂ ਨੇ ਬਹੁਤ ਜੋ ਕੀਤਾ ਲਾਇਆ। ਅਤੇ ਟੌੜਾ ਸਾਹਿਬ ਨਾਲ ਨੇੜਤਾ ਸੀ। ਪਹਿਲਾਂ ਟੌੜਾ ਸਾਹਿਬ ਮੈਨੂੰ ਕਹਿੰਦੇ, ਰੱਖੜਾ ਸਾਹਿਬ ਦੇਖ ਲਾ ਵੀ ਤੇਰੀ ਮਰਜ਼ੀ ਦੀ ਗੱਲ ਹੈ, ਰੱਖੜਾ ਨਹੀਂ, ਉਹ ਤਾਂ ਧਾਈਵਾਲ ਕਹਿੰਦਾ ਸੀ, ਮੈਂ ਰੱਖੜਾ ਲਿਖਦਾ ਸੀ ਨਾਲ, ਅਤੇ ਵੀ ਮੇਰੀ ਪੱਗ ਦਾ ਸਵਾਲ ਹੈ। ਅਸੀਂ 2 ਘੰਟੇ ਬੈਠੇ, ਉਹ ਪਤਾ ਨਹੀਂ ਉਹਨਾਂ ਦੇ ਕੀ ਦਿਮਾਗ 'ਚ ਹੋਈ, ਮੈਨੂੰ ਕਹਿੰਦੇ ਤੈਨੂੰ ਇਲੈਕਸ਼ਨ ਲੜਨੀ ਚਾਹੀਦੀ ਹੈ। ਮੈਂ ਐਵੇਂ ਮਖੌਲ 'ਚ ਉਹਨੂੰ ਕਿਹਾ, ਮੈਂ ਅੱਜ ਫਿਰ ਮੈਂ ਕਿਹਾ ਵੀ ਟੌੜਾ ਸਾਹਿਬ ਬਹੁਤ ਮਾੜੇ ਬੰਦੇ ਨੇ, ਜਿਵੇਂ ਲੋਕਾਂ ਦੀ ਗੱਲਾਂ ਸੁਣਦਾ ਸੀ, ਟੌੜਾ ਸਾਹਿਬ ਆਏ ਨੇ ਵਾਹ ਨੇ। ਮੈਨੂੰ ਕਹਿੰਦਾ ਆਹੀ ਫਰਕ ਹੈ, ਬਾਲ ਦੀ ਬਹੁਤ ਵੱਡੀ ਪਾਰਟੀ ਹੈ, ਬੰਦਾ ਖੜਾ ਕਰੂਗਾ, ਉਹ ਅੱਜ ਜਿਹੜੀਆਂ ਗੱਲਾਂ ਕਹਿਣਾ ਸਾਰਾ ਕੁਛ ਕਹੂਗਾ ਉਹ, ਜੇ ਤੂੰ ਕਹਿਣਾ ਚਾਹੇ ਤਾਂ ਕਹਿ ਵੀ ਨਹੀਂ ਸਕਦਾ। ਔਰ ਮੈਂ ਇਮਾਨਦਾਰੀ ਨਾਲ ਦੱਸਦਾ ਵੀ ਜਿੱਥੇ ਮੈਨੂੰ ਟੌੜਾ ਸਾਹਿਬ ਮਿਲਦੇ ਸੀ, ਮੈਂ ਉਹਦੇ ਪੈਂ ਥਾਂ ਸੀ ਸਾਰੀ ਇਲੈਕਸ਼ਨ ਦੇ ਵਿੱਚ, ਤਕਰੀਬਨ 40-45 ਦਿਨ ਇਲੈਕਸ਼ਨ ਚੱਲੀ ਸੀ, ਜੇ ਕਿਤੇ ਸਾਡੇ ਅਮਨ ਸਾਹਮਣੇ ਹੋ ਜਾਂਦੇ ਸੀ, ਮੈਂ ਉਹਨਾਂ ਦੇ ਪੈਂ ਥਾਂ ਸੀ। ਉਹਨਾਂ ਨੇ ਵੀ ਨਹੀਂ ਕਦੇ ਮੈਨੂੰ ਕੋਈ ਇਹੋ ਜਿਹੀ ਗੱਲ ਉਹ ਕੀਤੀ। ਅਤੇ ਮੈਂ 1 ਅੱਖਰ ਉਹਨਾਂ ਦੇ ਖਿਲਾਫ਼ ਨਹੀਂ ਸੀ ਬੋਲਿਆ, ਮੈਂ ਤਾਂ ਮਹਾਰਾਜ ਸਾਹਿਬ ਇਲੈਕਸ਼ਨ ਲੜੀ ਸੀ, ਉਹਦੇ ਖਿਲਾਫ਼ ਨਹੀਂ ਬੋਲਿਆ। ਵੱਡ ਹੋ ਗਏ ਸੀ, ਟੌੜਾ ਸਾਹਿਬ ਦੇ ਵਾਲ ਸਾਹਿਬ ਅਲੱਗ ਅਲੱਗ ਹੋ ਗਏ ਸੀ, ਇਲੈਕਸ਼ਨ ਤੁਹਾਡੇ ਲੜੇ ਸੀ, ਉਦੋਂ ਚੰਦਵਾਲ ਸਾਹਿਬ ਲੜ ਰਹੇ ਸੀ, ਉਦੋਂ ਮੈਂ ਲੜ ਰਿਹਾ ਸੀ। ਬਾਦਲ ਸਾਹਿਬ ਦੀ ਗੱਲ ਸੀ ਵੀ ਕਾਕਾ ਜੇ ਆਪਣੀ 30-35,000 ਵੋਟ 'ਚ ਟੌੜਾ ਸਾਹਿਬ ਨਾਲ ਘੱਟ ਗਈ ਤਾਂ ਵੀ ਆਪਣੀ ਜਿੱਤ ਹੋਣੀ ਆ। ਮੈਂ ਤਾਂ ਕਦੇ ਪਟਿਆਲਾ 'ਚ ਕੰਮ ਹੀ ਨਹੀਂ ਕਰਿਆ, ਸਾਰੇ MLA ਉਹਨਾਂ ਦੇ ਨੇ, ਸਾਰੇ ਸਰਪੰਚ ਉਹਨਾਂ ਦੇ ਨੇ, ਸਰਕਲ ਪ੍ਰਧਾਨ, ਜ਼ਿਲ੍ਹਾ ਪ੍ਰਧਾਨ, ਸਾਰਾ ਕੁਛ ਉਹਨਾਂ ਦਾ। ਮੈਂ ਹੱਸਣ ਲੱਗਾ, ਹੁਣ ਬਾਦਲ ਸਾਹਿਬ ਹੁਣ ਤਾਂ 20,000 ਘੱਟ ਹੋਵੇ, 30,000 ਜ਼ਿਲ੍ਹਾ ਕੁਛ ਹੋਊਗਾ। ਪਰ ਗੁਰੂ ਮਹਾਰਾਜ ਦੀ ਮਿਹਰ ਐਡੀ ਰਹੀ ਕਿ ਮੈਨੂੰ 2 ਲੱਖ ਮੇਰੇ ਖਿਆਲ 40-60,000 ਵੋਟ ਪਈ ਸੀ, ਅਤੇ ਚੰਦੂਮਾਰਾ ਸਾਹਿਬ ਨੂੰ ਉਦੋਂ 90,000 ਵੋਟ ਪਈ ਸੀ, ਮਹਾਰਾਣੀ ਨੂੰ 3,20,000 ਵੋਟ ਪਈ ਸੀ। ਮਤਲਬ ਥੋੜ੍ਹਾ ਜਿਹਾ ਸਾਡਾ ਫਰਕ, ਜਿੰਨੇ ਕੁ ਚੰਦੂਮਾਰਾ ਸਾਹਿਬ ਲੈ ਗਏ ਸੀ, ਉਹ ਤੋਂ ਅੱਧੀਆਂ ਵੋਟਾਂ ਨਾਲ ਮੈਂ ਇਲੈਕਸ਼ਨ ਹਾਰ ਗਿਆ। ਬਿਲਕੁਲ ਹੀ ਜੋ ਸਾਡੇ ਨਾਲ ਅੱਜ ਹੋ ਰਿਹਾ ਉਹੀ ਉਦੋਂ ਉਹਨਾਂ ਨਾਲ ਹੋਇਆ। ਉਹਨਾਂ ਦਾ ਵੀ ਹੇਠਲਾ, ਉੱਪਰਲੇ ਬੰਦੇ ਖੜ੍ਹੇ ਰਹੇ, ਹੇਠਲਾ ਵੋਟਰ ਟੁੱਟ ਕੇ ਸਾਡੇ ਨਾਲ ਜੁੜ ਗਿਆ, ਅਤੇ ਬਹੁਤ ਲੋਕਾਂ ਨੇ ਉਹ ਕੀਤਾ। ਫਿਰ ਆਉਣ ਜਾਣ ਲੱਗ ਗਿਆ ਸਾਡੇ ਸ਼ਾਰਟਕੱਟ ਦੇ ਵਿੱਚ। ਮੈਂ ਤੁਹਾਨੂੰ ਦੱਸਾਂ
ਕਿ ਮੈਨੂੰ ਅੱਜ ਤੱਕ ਨਹੀਂ ਪਤਾ ਕੈਪਟਨ ਕਮਲਜੀਤ ਇੱਥੇ ਆ ਕੇ ਮੈਨੂੰ ਘਰੋਂ ਕਾਰ 'ਚ ਬਿਠਾ ਕੇ ਲੈ ਗਿਆ, ਮੈਨੂੰ ਡੀ ਸੀ ਆਫਿਸ ਲੈ ਗਿਆ, ਜਾ ਕੇ ਮੇਰੇ ਉਹਨੇ ਕਾਗਜ਼ ਭਰਤੇ ਅਤੇ ਮੈਂ ਹੈਰਾਨ ਸੀ ਕਿ ਕੀ ਹੈ। ਪਹਿਲਾਂ ਤਾਂ ਮੈਨੂੰ ਉਹਨਾਂ ਨਾਲ ਤੋੜਨਾ ਪੈਂਦਾ ਸੀ, ਮੈਂ ਉਹਨੂੰ ਕਹਿੰਦਾ ਹੁੰਦਾ ਵੀ ਸਟੇਜ ਤੋਂ ਮੈਂ ਬੋਲਣਾ ਨਹੀਂ, ਨਾ ਮੈਨੂੰ ਬੋਲਣਾ ਆਉਂਦਾ ਸੀ ਬਹੁਤਾ, ਉਹ ਮੈਨੂੰ ਹੱਸਣ ਲੱਗ ਜਾਂਦਾ ਵੀ ਤੇਰਾ ਤਾਂ ਵਿਆਹ ਰੱਖਿਆ ਤੂੰ ਕਿਵੇਂ ਨਹੀਂ ਬੋਲਦਾ, ਤੈਨੂੰ ਬੁਲਾਉਣਾ। ਅਤੇ ਹੌਲੀ ਹੌਲੀ ਤਾਂ ਚੱਲਦੇ ਚੱਲਦੇ ਇੱਦਾਂ ਇਹ ਗੱਲ ਸ਼ੁਰੂ ਹੋਈ ਸੀ। ਕੈਪਟਨ ਸਾਹਿਬ ਨੇ ਮੇਰੀ ਬਹੁਤ ਮਤਲਬ ਇੰਨੀ ਮਿਹਨਤ ਕੀਤੀ ਸੀ, ਉਹਨਾਂ ਨੇ ਇੰਨੀ ਮਿਹਨਤ ਕੀਤੀ ਸੀ, ਉਹਦੇ ਪੈਰ ਸੁੱਜ ਗਏ ਸੀ। ਹੁਣ ਜਿਹੜੇ ਚੰਦੂ ਮਾਜਰਾ ਸਾਹਿਬ ਵੀ ਇਹ ਕਹਿ ਰਹੇ ਨੇ, ਤੁਹਾਡੇ ਹੋਰ ਲੀਡਰ ਵੀ ਕਹਿੰਦੇ ਨੇ ਜਾਂ ਪੰਜਾਬ ਦੇ ਲੋਕ ਵੀ ਕਹਿ ਰਹੇ ਨੇ, ਦੋ ਤਿੰਨ ਵੱਡੇ ਜਿਹੜੇ ਦੋਸ਼ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੱਗਦੇ ਨੇ, ਇਹ ਵਿਦ ਇਨ ਪਾਰਟੀ ਜਦੋਂ ਵੀ ਕੋਰ ਕਮੇਟੀ ਦੀ ਮੀਟਿੰਗ ਹੁੰਦੀ ਸੀ ਤੁਸੀਂ ਉੱਥੇ ਹੁੰਦੇ ਸੀ, ਤੁਸੀਂ ਉੱਥੇ ਇਹ ਗੱਲਾਂ ਉਹਨਾਂ ਨੂੰ ਕਹੀਆਂ ਕਿ ਜਿਹੜਾ ਬੇਅਦਬੀ ਵਾਲਾ ਮਾਮਲਾ ਹੈ ਉਹਦੇ 'ਚ ਲੋਕਾਂ ਨੂੰ ਸਪੱਸ਼ਟ ਕਰਕੇ ਸਾਨੂੰ ਇੱਕ ਤਾਂ ਉਹਦੀ ਮਾਫ਼ੀ ਮੰਗਣੀ ਚਾਹੀਦੀ ਹੈ ਜਿਵੇਂ ਹੁਣ ਤੁਹਾਡੇ ਲੀਡਰ ਕਹਿ ਰਹੇ ਨੇ, ਔਰ ਇੱਕ ਸੁਮੇਧ ਸੈਣੀ ਵਾਲਾ ਵੀ, ਸੁਮੇਧ ਸੈਣੀ ਨੂੰ ਡੀ ਜੀ ਪੀ ਲਾਉਣਾ ਵੀ ਇਹ ਚੰਦੂ ਮਾਜਰਾ ਸਾਹਿਬ ਕਹਿੰਦੇ ਕਿ ਸਾਡੀ ਬਹੁਤ ਵੱਡੀ ਗਲਤੀ ਹੈ ਕਿਉਂਕਿ ਸੁਮੇਧ ਸੈਣੀ 'ਤੇ ਲੋਕਾਂ ਦੇ ਝੂਠੇ ਮੁਕਾਬਲੇ ਬਣਾ ਕੇ ਮਾਰਨ ਦੇ ਬੜੇ ਦੋਸ਼ ਨੇ ਸੁਮੇਧ ਸੈਣੀ ਨੂੰ ਜਦੋਂ ਡੀ ਜੀ ਪੀ ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਸਰਕਾਰ ਨੇ ਲਾਇਆ ਸੀ। ਦੇਖੋ ਮੇਰੀ ਇਹਨਾਂ ਗੱਲਾਂ ਦੇ ਵਿੱਚ ਇਨਵੋਲਵਮੈਂਟ ਬਹੁਤ ਘੱਟ ਰਹੀ, ਆਲਮ ਸਾਹਿਬ ਦੀ ਵੀ ਲੋਕ ਗੱਲ ਕਰਦੇ ਨੇ, ਸੈਣੀ ਦੀ ਵੀ ਗੱਲ ਕਰਦੇ ਨੇ ਕਿ ਨਹੀਂ ਕਰਨੇ ਚਾਹੀਦੇ ਸੀ, ਪਰ ਇਹ ਮਸਲਾ ਉੱਠਿਆ ਕਿਉਂ? ਉੱਠਿਆ ਤਾਂ ਜਾ ਕੇ ਜਦੋਂ ਅਸੀਂ ਮਾਫ਼ੀ ਦਿੱਤੀ, ਜਦੋਂ ਸ਼੍ਰੋਮਣੀ ਕਮੇਟੀ 'ਤੇ ਇਸ਼ਤਿਹਾਰ ਲਵਾਤੇ, ਗੁਰੂ ਗ੍ਰੰਥ ਸਾਹਿਬ ਦਾ ਗਾਇਬ ਵੀ ਕਰਤਾ ਔਰ ਉਹਨਾਂ ਨੇ ਲਿਖ ਕੇ ਲਾਤਾ ਵੀ ਅਸੀਂ ਤੁਹਾਡੇ ਗੁਰੂ ਦਾ ਵਰਕਾ ਵਰਕਾ ਫੜ, ਅਸੀਂ ਜਿਹੜੀ ਮੈਂ ਸਮਝਾਂ ਉਹ ਪੈਰਵੇਹੀ ਨਹੀਂ ਕੀਤੀ, ਉੱਥੋਂ ਫਿਰ ਮਸਲਾ ਉੱਠ ਖੜਿਆ ਵੱਡਾ ਵੱਡਾ ਬਣ ਗਿਆ, ਨਹੀਂ ਛੋਟੇ ਮਸਲੇ ਦੱਬ ਜਾਂਦੇ ਹੁੰਦੇ ਨੇ। ਪਰ ਜਦੋਂ ਇਹ ਗੱਲਾਂ ਹੋ ਗਈਆਂ ਫਿਰ ਅਸੀਂ ਉੱਥੇ ਆ ਕੇ ਬਿਲਕੁਲ ਡਾਊਨ, ਉਦੋਂ ਬਾਅਦ ਹੀ ਡਾਊਨ ਆਇਆ ਸੀ। ਪਹਿਲਾਂ ਤਾਂ ਹਰ ਬੰਦਾ ਗੱਲ ਕਰਦਾ ਸੀ ਕਿ ਸਤਸ਼੍ਰੀ ਸਿੰਘ ਬਾਦਲ ਨੇ ਬਹੁਤ ਕੰਮ ਕੀਤੇ ਨੇ, ਜਿਹੜੀ 27 ਸਾਲ ਦੀ ਗੱਲ ਕਰਦੇ, 27 ਸਾਲ ਦੀ ਗੱਲ ਠੀਕ ਸੀ, 27 ਸਾਲ ਸਾਡਾ ਰਾਜ ਰਹਿਣਾ ਸੀ, ਪਰ ਜੋ ਇਹ ਕੀਤਾ ਮੈਂ ਤਾਂ ਇਹ ਸਮਝਦਾ ਵੀ ਪਰਮਾਤਮਾ ਨੇ ਕਰਾਇਆ। ਜਦੋਂ ਬੰਦਾ ਪਰਮਾਤਮਾ ਕੋਈ ਡਾਂਗ ਨਹੀਂ ਮਾਰਦਾ, ਬੁੱਧੀ ਪੇਸ਼ਟ ਕਰਦਾ, ਇਹ ਸਾਡੀ ਬੁੱਧੀ ਪੇਸ਼ਟ ਹੋਈ ਜੋ ਆਹ ਕੰਮ ਕੀਤੇ। ਜੇ ਉਹ ਸਲਾਹ ਵੀ ਕਰ ਲੈਂਦੇ ਕਿਸੇ ਬੰਦੇ ਨਾਲ, ਦੋ ਚਾਰ ਬੰਦਿਆਂ ਨਾਲ ਸਲਾਹ ਕਰ ਲੈਂਦੇ ਤਾਂ ਵੀ ਕੋਈ ਮਸਲਾ ਸਿਰੇ ਲੱਗ ਜਾਂਦਾ, ਜਿਹੜਾ ਉਹਨਾਂ ਨੇ ਆਪ ਹੀ ਬਿਨਾਂ ਦੱਸੇ ਪੁੱਛੇ ਆਪ ਕਰ ਲਿਆ, ਇਸ ਗੱਲ ਨੇ ਸਾਨੂੰ ਪਿੱਛੇ ਲੈ ਕੇ। ਦੇਖੋ ਸਹੀ ਗੱਲ ਤਾਂ ਇਹੀ ਹੈ, ਹੁਣ ਮੈਂ ਕੋਈ ਐਲੀਗੇਸ਼ਨ ਲਾਈ ਜਾਵਾਂ ਉਹ ਸਾਡੇ 'ਤੇ ਲਾਈ ਜਾਵੇ, ਉਹ ਤਾਂ ਐਲੀਗੇਸ਼ਨ ਨੇ। ਪਰ ਜੇ ਕਿਤੇ ਚਾਰ ਜਿਹੜੇ ਧਾਰਮਿਕ ਬੰਦੇ ਸੀ, ਚੰਗੇ ਬੰਦੇ ਸੀ, ਜਿਨ੍ਹਾਂ ਨੂੰ ਪਤਾ ਇਹਨਾਂ ਚੀਜ਼ਾਂ ਬਾਰੇ, ਉਹ ਹੈ। ਮੈਨੂੰ ਤਾਂ ਹੁਣ ਪਤਾ ਲੱਗਿਆ, ਕਹਿੰਦੇ ਉਦੋਂ ਫਿਰ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੋਂ ਸਾਈਨ ਕਰਵਾਏ ਕਿ ਵੀ ਤੁਸੀਂ ਸਾਈਨ ਕਰੋ ਵੀ ਇਹ ਜਿਹੜਾ ਕੁਛ ਹੋਇਆ ਠੀਕ ਹੋਇਆ। ਸੋ ਇਹ ਗੱਲਾਂ ਜੋ ਜਿਹਾ ਜਿਹਾ ਫੀਲਡ ਹੋਵੇ ਉਹਨਾਂ ਬੰਦੇ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਸਲਾਹ ਲੈ ਲਈਏ ਤਾਂ ਤੁਸੀਂ ਛੇਤੀ ਛੇਤੀ ਗਲਤ ਕੰਮ ਨਹੀਂ ਕਰਦੇ, ਜੇ ਗਲਤ ਕੰਮ ਵੀ ਹੋ ਜਾਵੇ ਤਾਂ ਫਿਰ ਤੁਹਾਡੇ ਬਰਾਬਰ ਦੇ ਰਿਸਪੋਂਸੀਬਲ ਹੋ ਜਾਂਦੇ ਨੇ ਕਿ ਲਓ ਜੀ ਆਹ ਬੰਦੇ ਸੀ, ਜੇ ਬੈਠ ਕੇ ਸਲਾਹ ਕੀਤੀ ਸਾਡੇ ਤੋਂ ਗਲਤੀ ਹੋ ਗਈ। ਗਲਤੀ ਤਾਂ ਬੰਦੇ ਤੋਂ ਹੁੰਦੀ ਹੈ, ਇਨਸਾਨ ਤੋਂ ਹੁੰਦੀ ਹੈ, ਜੇ ਹੋ ਜਾਵੇ ਤਾਂ ਗਲਤੀ ਜੇ ਮੰਨ ਲਈਏ ਤਾਂ ਮੇਰਾ ਖਿਆਲ ਕੋਈ ਮਾੜੀ ਗੱਲ ਨਹੀਂ। ਸੋ ਜਦੋਂ ਡੇਰਾ ਸਰਸਾ ਦੇ ਮੁਖੀ ਨੂੰ ਮਾਫ਼ੀ ਦਿੱਤੀ ਗਈ ਆ, ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨਾਲ ਜਾਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨਾਲ ਸਲਾਹ ਨਹੀਂ ਕੀਤੀ ਗਈ? ਦੇਖੋ ਮੈਨੂੰ ਤਾਂ ਇਹ ਪਤਾ ਵੀ ਅਸੀਂ ਅਖਬਾਰ 'ਚ ਪੜ੍ਹਿਆ, ਜਿੱਦਾਂ ਅਖਬਾਰ 'ਚ ਪੜ੍ਹਿਆ ਹੈ, ਮੇਰਾ ਮੈਂਬਰ ਸੀ ਸਾ ਕੁਲਦੀਪ ਸਿੰਘ ਨਸੂਵਰ, ਮਤਲਬ ਉਹ ਕਹਿੰਦਾ ਪੱਠਾ ਬੈਠ ਗਿਆ ਆਪਣਾ, ਬਹੁਤ ਮਾੜੀ ਗੱਲ ਕੀਤੀ। ਅਤੇ ਮੈਨੂੰ ਬਹੁਤੀ ਸਮਝ ਵੀ ਨਾ ਆਈ ਵੀ ਗੱਲ ਕੀ ਹੋ ਰਹੀ ਹੈ, ਕਿਉਂਕਿ ਮੇਰਾ ਧਾਰਮਿਕ ਕੰਮਾਂ ਦੇ ਵਿੱਚ ਮੈਨੂੰ ਇੰਨਾ ਨਹੀਂ ਸੀ ਬਹੁਤਾ ਪਤਾ। ਅਤੇ ਅਖੇ ਨੂੰ ਜਦੋਂ ਅਖਬਾਰਾਂ ਖੁਰਾਂ 'ਚ ਪੜ੍ਹਿਆ ਫਿਰ ਰੋਲਾ ਪਿਆ, ਕਿੰਨਾ ਰੋਲਾ ਪਿਆ, ਫਿਰ ਮਾਫ਼ੀ ਵਾਪਸ ਲਈ। ਅਤੇ ਮੈਨੂੰ ਤਾਂ ਇਸ਼ਤਿਹਾਰਾਂ ਦੀ ਵੀ ਗੱਲ ਨਹੀਂ, ਜਿਹੜੀ ਕਹਿੰਦੇ ਨੇ ਕਿ ਵੀ ਇਸ਼ਤਿਹਾਰ ਦਿੱਤੇ ਜੀ 90 ਲੱਖ ਰੁਪਏ ਦੇ ਇਸ਼ਤਿਹਾਰ ਦੇਣ ਦੀ ਕੀ ਲੋੜ ਸੀ, ਇਹ ਤਾਂ ਪਰਮਾਤਮਾ ਨੂੰ ਪਤਾ ਹੈ ਕੀ ਕਾਰਨ ਹੋਇਆ ਕੀ ਨਹੀਂ ਹੋਇਆ, ਪਰ ਮਤਲਬ ਆਮ ਇਹ ਗੱਲ ਹੈ ਵੀ ਚੰਗੀ ਗੱਲ ਨਹੀਂ ਹੋਈ। ਜਦੋਂ ਜਥੇਦਾਰ ਗੁਰਚਰਨ ਸਿੰਘ ਟੌੜਾ ਬਾਦਲ ਸਾਹਿਬ ਤੋਂ ਅੱਡ ਹੋਏ ਸੀ, ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਸੀ, ਉਹਨਾਂ ਨਾਲ ਵੀ ਵੱਡੇ ਲੀਡਰ ਗਏ ਸੀ, ਔਰ ਉਸ ਤੋਂ ਬਾਅਦ ਉਹ ਕਾਮਯਾਬ ਨਹੀਂ ਹੋਏ, ਦੁਬਾਰਾ ਫਿਰ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਰਲਣਾ ਪਿਆ। ਉਸ ਤੋਂ ਬਾਅਦ ਇਵੇਂ ਹੀ ਸੁਖਦੇਵ ਸਿੰਘ ਢੀਂਡਸਾ ਹੋਰੀ
ਪਿਛਲੇ ਜੇ ਅੱਡ ਹੋਏ 2022 ਦੀਆਂ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਅੱਡ ਹੋਏ, ਉਹਨਾਂ ਨੇ ਵੱਖਰਾ ਧੜਾ ਬਣਾ ਲਿਆ। ਕਈ ਅਕਾਲੀ ਦਲ ਦੇ ਲੀਡਰ ਨੇ ਜਿਹੜੇ ਵੱਡੇ ਉਹਨਾਂ ਦੇ ਨਾਲ ਰਲੇ ਵੀ, ਪਰ ਫਿਰ ਉਹਨਾਂ ਨੂੰ ਮੁੜ ਕੇ ਫਿਰ ਆਹ ਚੋਣਾਂ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਜਿਹੜੀ ਕਰਨੀ ਪਈ। ਹੁਣ ਫਿਰ ਤੁਹਾਡਾ ਇੱਕ ਧੜਾ ਜਿਹੜਾ ਵੱਖਰਾ ਹੋਇਆ, ਤੁਹਾਨੂੰ ਲੱਗਦਾ ਕਿ ਤੁਹਾਡੇ ਧੜੇ ਨੂੰ ਕਾਮਯਾਬੀ ਮਿਲ ਜਾਏਗੀ? ਦੇਖੋ, ਕਾਮਯਾਬੀ ਮਿਲਣੀ ਜਾਂ ਨਾ ਮਿਲਣੀ ਇਹ ਪਰਮਾਤਮਾ ਦੇ ਹੱਥ 'ਚ ਹੈ, ਗੁਰੂ ਮਹਾਰਾਜ ਦੇ ਹੱਥ 'ਚ ਹੈ, ਬੰਦੇ ਦੇ ਬਹੁਤਾ ਹੱਥ 'ਚ ਨਹੀਂ ਹੈ। ਪਰ ਆਪਣੇ ਐਕਟ ਠੀਕ ਕਰਨੇ। ਅੱਜ ਸਾਰੇ ਬੰਦੇ ਨੇ ਕਿਹਾ ਸੀ ਕਿ ਅੰਮ੍ਰਿਤਪਾਲ ਦੇ ਬਰਾਬਰ ਆਪਾਂ ਬੰਦਾ ਨਾ ਖੜਾ ਕਰੀਏ, ਖਾਲਸੇ ਦੇ ਮੁਕਾਬਲੇ 'ਚ ਆਪਾਂ ਬੰਦਾ ਨਾ ਖੜੀਏ। ਆਪਾਂ ਆਪਣੇ ਨੂੰ ਪੰਥਕ ਧਿਰ ਸਮਝਦੇ ਹਾਂ, ਪਰ ਨਹੀਂ ਗੱਲ, ਆਪਾਂ ਉਸ ਲਾਈਨ 'ਤੇ ਚੱਲ ਪਏ ਜਿਸ ਰਸਤੇ 'ਤੇ ਜਾਣਾ ਹੈ। ਆਪਾਂ ਪਟਿਆਲੇ ਜਾਣਾ, ਜੇ ਆਪਾਂ ਪਟਿਆਲੇ ਸੜਕ 'ਤੇ ਚੱਲ ਪਈਏ, ਦੋ ਦਿਨ ਅੱਗੋਂ ਵਗ ਜਾਂਗੇ ਜਾਂ ਪਿੱਛੋਂ ਵਗ ਜਾਂਗੇ, ਕੋਈ ਫਰਕ ਨਹੀਂ ਪੈਂਦਾ, ਸਲੋ ਚੱਲਦਾ ਕੋਈ ਫਾਸਟ ਚੱਲਦਾ, ਪਰ ਲਾਈਨ ਠੀਕ ਹੋਣੀ ਚਾਹੀਦੀ ਹੈ ਆਪਣੀ। ਜੇ ਆਪਾਂ ਲਾਈਨ ਭੜ ਕੇ ਪਟਿਆਲੇ ਦੀ ਬਜਾਏ 'ਤੇ ਨਾਭੇ ਨੂੰ ਚੱਲ ਪਾਂਗੇ, ਫਿਰ ਤਾਂ ਕਦੇ ਪਟਿਆਲਾ ਆਉਣਾ ਹੀ ਨਹੀਂ, ਆਪਾਂ ਉਲਟੀ ਡਾਇਰੈਕਸ਼ਨ 'ਚ ਚੱਲ ਪਏ। ਸੋ ਜਿਹੜੀਆਂ ਸਾਡੀਆਂ, ਜਾਂ ਤਾਂ ਅਸੀਂ ਪੰਥਕ ਨਾਲ ਗੱਲ ਕਰੀਏ, ਜੇ ਪੰਥ ਦੀ ਗੱਲ ਕਰਦੇ ਹਾਂ, ਪੰਥ ਗੱਲ ਕਰਦੇ ਹਾਂ, ਦੂਜੇ ਧਰਮਾਂ ਦਾ ਸਾਰਿਆਂ ਦਾ ਸਤਿਕਾਰ ਕਰੋ, ਵੱਡੇ ਬਾਦਸ਼ਾਹ ਕਰਦੇ ਰਹੇ ਨੇ, ਪਰ ਆਪਣੀ ਲਾਈਨ ਵੀ ਖਿੱਚ ਕੇ ਚੱਲਣਾ ਚਾਹੀਦਾ ਹੈ, ਆਪਣਾ ਵੀ ਉਨਾ ਉਹ ਕਰਨਾ ਚਾਹੀਦਾ ਕਿ ਤੁਸੀਂ ਵਧੀਆ ਹੋਵੋ। ਆਹ ਮੇਰਾ ਖਿਆਲ ਹੈ, ਮੇਰੇ ਏਰੀਏ ਦੇ ਵਿੱਚ ਮੈਨੂੰ ਸਭ ਤੋਂ ਵੱਧ ਹਿੰਦੂ ਵੋਟ ਪੈਂਦੀ ਹੈ, ਉਨੀ ਕਦੇ ਕਿਸੇ ਨੂੰ ਨਹੀਂ ਪਈ ਜਿੰਨੀ ਮੈਨੂੰ ਵੋਟ ਪਈ। ਮੇਰਾ ਇੱਕ ਰਾਬਤਾ ਹੈ, ਮੈਂ ਇੱਜ਼ਤ ਵੀ ਕਰਦਾ, ਸਤਿਕਾਰ ਵੀ ਕਰਦਾ। ਸਤਿਕਾਰ ਕਰਨਾ ਬਣਦਾ ਹੈ ਹਰ ਬੰਦੇ ਦਾ, ਹਰ ਧਰਮ ਦਾ ਸਤਿਕਾਰ ਕਰੋ, ਪਰ ਆਪਣੇ ਧਰਮ ਦੇ ਵਿੱਚ ਪੱਕੇ ਵੀ ਰਹੋ। ਮੈਂ ਅੱਜ ਤੱਕ ਕਦੇ ਵੀ, ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਬ੍ਰੇਕਫਾਸਟ ਕਰਨ ਤੋਂ ਪਹਿਲਾਂ, ਚਾਹ ਪੀਣ ਤੋਂ ਪਹਿਲਾਂ ਮੈਂ ਗੁਰਦੁਆਰਾ ਸਾਹਿਬ ਜਾ ਕੇ ਆਵਾਂ, ਉੱਥੇ ਹੁਕਮਨਾਮਾ ਲੈ ਕੇ ਗੁਰੂ ਸਾਹਿਬ ਤੋਂ ਅੱਗੇ ਲੈ ਕੇ ਆਪਣਾ ਕੰਮ ਸ਼ੁਰੂ ਕਰਾਂ। ਪਰ ਮੇਰਾ ਇਹ ਨਹੀਂ ਫਰਜ਼ ਬਣਦਾ ਕਿ ਮੈਂ ਮੰਦਰਾਂ ਨੂੰ ਗਾਲਾਂ ਕੱਢਾਂ ਜਾਂ ਕੁਛ ਹੋਰ ਕਰਾਂ, ਉੱਥੇ ਵੀ ਉਹਨਾਂ ਦਾ ਵੀ ਇੰਨੇ ਸਤਿਕਾਰ ਕਰਨਾ ਮੇਰਾ ਡਿਊਟੀ ਹੈ, ਮੇਰਾ ਫਰਜ਼ ਬਣਦਾ। ਜੇ ਅਸੀਂ ਦੂਜੇ ਦੀ ਸਤਿਕਾਰ ਕਰਾਂਗੇ ਤਾਂ ਹੀ ਸਾਡਾ ਕੋਈ ਸਤਿਕਾਰ ਕਰੂਗਾ। ਸੋ ਸਾਨੂੰ ਸਹੀ ਡਾਇਰੈਕਸ਼ਨ 'ਤੇ, ਸਹੀ ਲਾਈਨ 'ਤੇ ਚੱਲਣਾ ਚਾਹੀਦਾ। ਐਸ ਜੀ ਪੀ ਸੀ 'ਚ ਬਾਦਲਾਂ ਦੀ ਕਿੰਨੀ ਕੁ ਦਖਲ ਅੰਦਾਜ਼ੀ ਹੈ? ਦੇਖੋ, ਮੈਂ ਹੁਣ ਇਹ ਗੱਲ ਮੈਂ ਕਹਿ ਕੁਛ ਵੀ ਨਹੀਂ ਕਹਿਣਾ ਇਸ ਗੱਲ 'ਤੇ, ਕਿਉਂਕਿ ਸਾਰੀ ਦੁਨੀਆ ਨੂੰ ਹੀ ਪਤਾ ਹੈ, ਸਾਰੀ ਦੁਨੀਆ ਨੂੰ ਪਤਾ ਹੈ ਕਿ ਜੋ ਵੀ ਨਹੀਂ ਚਾਹੀਦੀ, ਟੋੜਾ ਸਾਹਿਬ ਦੇ ਹੁੰਦੇ ਬਹੁਤੀ ਦਖਲਦਾਜੀ ਨਹੀਂ ਸੀ ਹੁੰਦੀ, ਪਰ ਹੁਣ ਜ਼ਿਆਦਾ ਹੋ ਗਈ। ਹੁਣ ਤਾਂ ਉਸ ਗੱਲ ਦਾ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਹੋਇਆ, ਵੱਡਾ ਨੁਕਸਾਨ ਹੀ ਇਹ ਹੋਇਆ ਜੀ। ਅਸੀਂ ਧਰਮ ਕੰਮਾਂ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਸਦਾਰ ਸਾਹਿਬ ਨੇ ਜਿਹੜੇ ਉਹ ਸਾਡੇ ਲਈ, ਦੇਖੋ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੋਂ ਵੱਡੀ ਸਾਡੇ ਲਈ, ਸਿੱਖਾਂ ਦੇ ਲਈ ਕੋਈ ਗੱਲ ਨਹੀਂ, ਸਭ ਤੋਂ ਵੱਡਾ ਸਥਾਨ ਸਾਡਾ ਧਰਮ। ਉਹ ਤੋਂ ਜੇ ਪੋਲੀਟੀਕਲੀ ਗੱਲ ਕਰ ਲਈਏ ਤਾਂ ਜਿਹੜਾ ਸਾਡਾ ਸੁਪਰੀਮ ਅਕਾਲ ਤਖਤ ਸਾਹਿਬ ਹੈ, ਉੱਥੇ ਦਾਖਲ ਤਾਂ ਕੀ, ਸਾਨੂੰ ਤਾਂ ਸਤਿਕਾਰ ਹੀ ਕਰਨਾ ਚਾਹੀਦਾ, ਉੱਥੇ ਪੂਰਾ ਸਤਿਕਾਰ ਕਰਨਾ ਹੈ। ਸ਼੍ਰੋਮਣੀ ਕਮੇਟੀ, ਤੁਸੀਂ ਦੱਸੋ ਕਾਂਗਰਸ ਵਾਲਿਆਂ ਕੋਲ ਕੋਈ ਸ਼੍ਰੋਮਣੀ ਕਮੇਟੀ ਹੈ? ਆਪ ਵਾਲਿਆਂ ਕੋਲ ਕੋਈ ਸ਼੍ਰੋਮਣੀ ਕਮੇਟੀ ਹੈ? ਅਸੀਂ ਜੇ ਉਹਨਾਂ ਨੂੰ ਵਰਤ ਕੇ ਜਾਂ ਉਹ ਕਰਨ ਦੀ ਗੱਲ ਕਰਾਂਗੇ, ਉਹ ਨਹੀਂ ਕਰਨੀ ਚਾਹੀਦੀ। ਧਰਮ ਦੀ ਗੱਲ ਧਰਮ ਦੇ ਵਿੱਚ, ਉੱਥੇ ਜੋ ਸੁਧਾਰ ਕਰ ਸਕਦੇ ਹਾਂ, ਜੋ ਠੀਕ ਕਰ ਸਕਦੇ ਹਾਂ, ਆਪਾਂ ਉਹ ਗੱਲਾਂ ਕਰੀਏ। ਆਪਾਂ ਜਿਹੜਾ ਰੋਜ਼ ਦਾ ਕੰਮ ਹੈ ਉਹਦੇ 'ਚ ਦਖਲਤਾਜੀ ਨਹੀਂ ਕਰਨੀ ਚਾਹੀਦੀ ਸਾਨੂੰ। ਆਖਰੀ ਸਵਾਲ ਹੈ ਕਿ ਜੇ ਤੁਹਾਡਾ ਮੁੜ ਤੋਂ ਰਲੇਵਾਂ ਹੁੰਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਤੁਹਾਡੀ ਸਾਰੀ ਜਿੰਨੇ ਵੀ ਧੜੇ ਦੇ ਲੀਡਰ ਨੇ, ਉਹਦੇ 'ਚ ਅਹਿਮ ਸ਼ਰਤਾਂ ਕੀ ਨੇ? ਕੋਈ ਸ਼ਰਤ ਨਹੀਂ ਹੁੰਦੀ। ਜਦੋਂ ਵੀ ਕੋਈ ਰਲੇਵਾਂ ਹੋਵੇ, ਦੋ ਭਰਾ ਵਿਗੜ ਜਾਂਦੇ ਨੇ, ਇਕੱਠੇ ਹੁੰਦੇ ਨੇ, ਸ਼ਰਤਾਂ ਨਾਲ ਨਹੀਂ ਕਦੇ ਵੀ ਫਾਇਦਾ ਹੁੰਦਾ ਹੁੰਦਾ, ਅਸੂਲਾਂ ਨਾਲ ਹੁੰਦਾ ਹੁੰਦਾ। ਅਸੂਲ ਦੀ ਗੱਲ ਹੋ ਜੇ, ਪਤਾ ਨਹੀਂ ਕੀ ਹੋਊਗਾ, ਇਹਦਾ ਗੁਰੂ ਮਹਾਰਾਜ ਨੂੰ ਪਤਾ ਹੋਣਾ ਵੀ ਹੈ ਕਿ ਨਹੀਂ ਹੋਣਾ, ਇਹ ਤਾਂ ਪਰਮਾਤਮਾ ਨੂੰ ਪਤਾ ਹੈ। ਪਰ ਜੇ ਤੁਸੀਂ ਸੈਲਫ ਇੰਟਰਸਟ ਲੈ ਕੇ ਚੱਲੋਗੇ, ਫਿਰ ਤੁਸੀਂ ਮਾਰ ਖਾਓਗੇ। ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਮੈਂ ਇਲੈਕਸ਼ਨ ਲੜਾਂ ਜਾਂ ਨਾ ਲੜਾਂ, ਮੇਰਾ ਕੋਈ ਬਹੁਤਾ ਇਲੈਕਸ਼ਨ ਲੜਨ ਦਾ ਮਨ ਹੈ ਹੀ ਨਹੀਂ ਕਿ ਇਲੈਕਸ਼ਨ ਲੜਨੀ ਹੈ ਜਾਂ ਤੁਸੀਂ ਅੱਗੇ ਵਧਣਾ ਜਾਂ ਕੁਛ ਹੋਰ ਕਰਨਾ। ਗੁਰੂ ਮਹਾਰਾਜ ਨੇ, ਸੁੱਚੇ ਪਾਤਸ਼ਾਹ ਨੇ ਜਿੰਨਾ ਕੁਛ ਬਖਸ਼ ਕੀਤੀ ਹੈ, ਮੈਂ ਤਾਂ ਉਹ ਡਿਜ਼ਰਵ ਵੀ ਨਹੀਂ ਸੀ ਕਰਦਾ। ਮੈਂ ਤਾਂ ਹੱਸਦਾ ਹੁੰਦਾ ਵੀ ਮੇਰੇ ਵਰਗੇ ਬੰਦੇ ਕਿਸੇ ਸਾਂਝੀ ਵੀ ਨਹੀਂ ਸੀ ਲਾਉਣਾ, ਮੈਂ ਕਿਹਾ ਸੀ ਕੰਮ ਕਰਨਾ।
ਇੱਥੇ ਤੱਕ ਪਹੁੰਚਾਤਾ, ਇਹ ਕਿਹੜਾ ਛੋਟੀ ਗੱਲ ਹੈ? ਇਹ ਸਭ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ, ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ। ਦੇਖੋ ਆਪਾਂ ਤੁਸੀਂ ਗੱਲਾਂ ਸ਼ੁਰੂ ਕਰ ਲਈਆਂ, ਸਾਡੀ ਸਟੇਜ ਤਾਂ ਮੇਰਾ ਖਿਆਲ ਹੈ ਜਿਸ ਸਟੇਜ ਤੋਂ ਸਾਡੇ ਬਾਪੂ ਹੀ ਚੱਲੇ ਉਸ ਸਟੇਜ ਤਾਂ ਕੋਈ ਵੀ ਨਹੀਂ ਚੱਲਿਆ ਹੋਣਾ। ਜਿਵੇਂ ਐਤਕੀ ਕਰੋਨਾ ਆਇਆ, ਮੈਂ ਸੁਣਿਆ ਵੀ 1920 ਦੇ ਵਿੱਚ ਵੀ ਪਲੇਗ ਦੀ ਬਿਮਾਰੀ ਆਈ, ਉਦੋਂ ਸਾਡੇ ਬਾਪੂ ਜੀ ਦੇ ਪੇਰੈਂਟਸ, ਮਾਂ ਵੀ ਅਤੇ ਪਿਓ ਵੀ ਦੋਵੇਂ ਚਲੇ ਗਏ। ਉਹ ਕਹਿੰਦੇ ਮੇਰੀ ਸਾਰੀ ਉਮਰ 7-8-10 ਸਾਲ ਦੀ, 12 ਸਾਲ ਦੀ ਹੋਣੀ ਹੈ, ਇੰਨੀ ਕੁ ਉਮਰ ਸੀਗੀ। ਅਤੇ ਉਹਦੇ ਵਿੱਚ ਮੇਰੇ ਕੋਲ ਖਾਣ ਦਾ ਵੀ ਕੋਈ ਨਹੀਂ ਸੀ, ਜ਼ਮੀਨਾਂ 'ਚ ਕੁਛ ਹੈ ਹੀ ਨਹੀਂ ਸੀ। ਕਿਸੇ ਬੰਦੇ ਨੇ ਕਹਿ ਕੇ ਮੈਨੂੰ ਪੁਲਿਸ 'ਚ ਭਰਤੀ ਕਰਾਤਾ। ਕਹਿੰਦੇ ਹਾਲੇ ਮੈਂ ਗੱਲ ਹੀ ਕਰ ਰਿਹਾ ਸੀ, ਹਾਲੇ ਗਿਆ ਨਹੀਂ ਸੀ। ਕਿਸੇ ਬੰਦੇ ਨੇ ਆ ਕੇ ਮੈਨੂੰ ਕਿਹਾ ਕਿ ਪੁਲਿਸ ਦੇ ਵਿੱਚ ਕਰਪਸ਼ਨ ਹੋਰ ਆ, ਮੈਂ ਬਹੁਤ ਹੀ ਚੰਗੀ ਗੱਲ ਨਾ ਕੀਤੀ। ਉਹ ਕਹਿੰਦਾ ਮੇਰਾ ਮਨ ਨਹੀਂ ਬਣਿਆ ਮੈਂ ਪੁਲਿਸ ਜਾਣਾ। ਉਹ ਤੋਂ ਮੇਰੇ ਕੋਲ ਸੋਰਸ ਵੀ ਕੋਈ ਨਹੀਂ ਸੀ। 6 ਮਹੀਨੇ ਠਹਿਰ ਕੇ ਫੌਜ 'ਚ ਭਰਤੀ ਕਰਾਤਾ। ਕਹਿੰਦੇ ਫੌਜ 'ਚ ਹਾਲੇ ਮੈਂ ਗਿਆ ਹੀ ਸੀ, ਮੈਨੂੰ 6 ਮਹੀਨੇ ਹੋਏ ਸੀ। ਕਰਨਲ ਸਿੰਘ ਰੇਜ, ਉਹ ਆਇਆ, ਬਲ ਕਰਤਾਰ ਸਿੰਘ ਸਰੀਰ ਦਾ ਤੂੰ ਬਹੁਤ ਮਾੜਾ ਹੈ, ਫੌਜ ਤਾਂ ਹੱਟੇ ਕੱਟੇ ਤਕੜੇ ਬੰਦੇ ਚਾਹੀਦੇ ਨੇ। ਉਹ ਕਹਿੰਦੇ ਮੇਰੇ ਅੱਖਾਂ 'ਚ ਪਾਣੀ ਆ ਗਿਆ। ਮੈਂ ਆਖਿਆ ਕਰਨਲ ਸਾਹਿਬ ਮੇਰੇ ਅੱਗੇ ਪਿੱਛੇ ਕੋਈ ਹੈ ਨਹੀਂ, ਮੇਰੇ ਮਾਂ ਵੀ ਹੈ ਨਹੀਂ, ਮੇਰੇ ਪਿਓ ਵੀ ਹੈ ਨਹੀਂ, ਜੇ ਤੁਸੀਂ ਮੈਨੂੰ ਛੁੱਟੀ ਦੇ ਦਿਓ ਤਾਂ ਮੈਂ ਤਕੜਾ ਹੋ ਕੇ ਹੋ ਜਾਂ। ਤਰਸ ਆ ਗਿਆ, ਛੁੱਟੀ ਦੇਤੀ, ਘਿਓ ਘੋ ਖਾਧਾ ਕਰੇ, ਸਾਡੀ ਭੂਆ ਸੀ ਲਾਟੋਂ ਪਿੰਡ 'ਚ, ਉੱਥੋਂ ਪੀਪਾ ਲਿਆਂਦਾ ਘਿਓ ਦਾ, ਦੱਸਦੇ ਹੁੰਦੇ ਸੀ ਉਹ। ਚਲੋ ਤਕੜੇ ਹੋ ਗਏ, ਪ੍ਰੈਕਟਿਸ ਕੀਤੀ, ਜਾ ਕੇ ਫੌਜ ਜੁਆਇਨ ਕਰ ਲਈ, ਉੱਥੇ ਮਿਹਨਤ ਕੀਤੀ। 22 ਸਾਲ ਬੈਸਟ ਅਥਲੀਟ ਰਹੇ ਇੰਡੀਅਨ ਮਿਲਟਰੀ ਦੇ। ਮਹਾਰਾਜਾ ਪਟਿਆਲਾ 4 ਪ੍ਰਮੋਸ਼ਨਾਂ ਦਿੰਦਾ ਸੀ, 14 ਰੁਪਈਏ ਦੀ ਬਜਾਏ 'ਤੇ 30 ਰੁਪਈਏ ਤਨਖਾਹ ਕਰਦਾ ਸੀ। ਪਰ ਉਹਨਾਂ ਦੇ ਮਨ ਦੇ ਵਿੱਚ ਇੱਕੋ ਗੱਲ ਸੀ ਕਿ ਕਰਨਲ ਨੇ ਮੇਰੇ 'ਤੇ ਅਹਿਸਾਨ ਕਰਿਆ, ਜੇ ਮੈਨੂੰ ਫੌਜ 'ਚੋਂ ਕੱਢ ਦਿੰਦਾ ਤਾਂ ਮੇਰਾ 'ਚ ਕੁਛ ਨਹੀਂ ਸੀ ਬਣਨਾ। ਕਰਨਲ ਨੂੰ ਪੁੱਛਿਆ, ਉਹ ਕਹਿੰਦਾ ਬਲ ਕਰਤਾਰ ਸਿੰਘ ਅਸੀਂ ਤੈਨੂੰ ਰੱਖਣਾ ਚਾਹੁੰਦੇ ਹਾਂ, ਪਰ ਜੇ ਗੁਰੂ ਮਹਾਰਾਜ ਬਖਸ਼ ਕਰੇ, 2nd ਵਾਰਡ ਦੇ ਬਾਅਦ ਵਾਰਡ ਦੇ ਵਿੱਚ IDSM ਬਹਾਦਰ ਹੋਏ, 6,000 ਰੁਪਇਆ ਇਨਾਮ ਦਿੱਤਾ, 4 ਪ੍ਰਮੋਸ਼ਨਾਂ ਦਿੱਤੀਆਂ। ਅਤੇ ਆਹ ਜਿਹੜੀ ਜ਼ਮੀਨ 'ਤੇ ਆਪਾਂ ਬੈਠੇ ਹਾਂ, ਇਹ ਜ਼ਮੀਨ 25 ਏਕੜ 5,000 ਦੀ ਖਰੀਦੀ ਉਦੋਂ। ਸੋ ਇਹ ਸਾਰਾ ਕੁਛ ਹੁੰਦਾ ਤਾਂ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਹੀ ਹੈ, ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ ਹੀ ਹੁੰਦਾ। ਸੋ ਇਹ ਹੈ ਵੀ ਗੁਰੂ ਨੇ ਕਿਰਪਾ ਕੀਤੀ, ਇੱਥੇ ਕਦੇ ਸੋਚਿਆ ਨਹੀਂ ਸੀ ਵੀ ਇੱਥੇ ਪਹੁੰਚਾ ਦੂਗਾ ਗੁਰੂ ਮਹਾਰਾਜ। ਜੇ ਅਮਰੀਕਾ ਜਾਂਦੇ ਹਾਂ ਉੱਥੇ ਵੀ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ, ਇੱਥੇ ਵੀ ਕੋਈ ਕਮੀ ਨਹੀਂ, ਮਾਣ ਸਨਮਾਨ ਵੀ ਹੈ, ਸਤਿਕਾਰ ਵੀ ਹੈ। ਸੋ ਜੇ ਕਹੀਏ ਵੀ ਇਦੋਂ ਵੱਧ, ਮੈਂ ਤਾਂ ਇਮੈਜਿਨ ਨਹੀਂ ਕਰਦਾ ਵੀ ਗੁਰੂ ਮਹਾਰਾਜ ਇੱਦੋਂ ਵੱਧ ਵੀ ਦੇ ਸਕਦਾ। ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਬਹੁਤ ਧੰਨਵਾਦ ਜੀ, ਥੈਂਕ ਯੂ ਜੀ।